ਇੱਕ ਹੋਰ ਨਾਮ ਧੰਨਵਾਦੀ ਆ ਜਸਵਿੰਦਰ ਸਿੰਘ ਮਿਸੀਸੀਪੀ ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਵਾਲੇ ਤੇ ਪਿੰਡ ਸਿੰਧ ਮਾਂਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦੇ ਦਰਸ਼ਕ ਜੀ ਸਵਾਗਤ ਸਤਿ ਸ੍ਰੀ ਅਕਾਲ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਵਾਸਤੇ ਤੇ ਖਬਰਸਾਰ ਦੀ ਗੱਲ ਕਰੀਏ ਜੀ ਹੁਣ ਅਸੀਂ ਵੱਡੀਆਂ ਖਬਰਾਂ ਤੇ ਵੱਡੇ ਸਾਰੇ ਸ਼ਹਿਰ ਚੋਂ ਤੁਸੀਂ ਜੁੜੇ ਹੋ ਸਾਡੇ ਨਾਲ ਪਟਿਆਲਾ ਤੇ ਕਰੀਏ ਜੀ ਸਭ ਤੋਂ ਪਹਿਲਾਂ ਖਬਰ ਦੇ ਉੱਤੇ ਧਿਆਨ ਕੇਂਦਰਿਤ ਪਹਿਲੀ ਖਬਰ ਕਿਹੜੀ ਸਾਂਝੀ ਕਰੀਏ ਪਹਿਲੀ ਖਬਰ ਤਾਂ ਕਿਸਾਨਾਂ ਦੀ ਸਾਂਝੀ ਹੁੰਦੀ ਹੈ ਉਹਦਾ ਕਾਰਨ ਇਹ ਹੈ ਕਿ ਪੰਜਾਬ ਨਹੀਂ ਸਾਡੇ ਅਮਰੀਕਾ ਦੇ ਸਰੋਤੇ ਕੈਨੇਡਾ ਦੇ ਸਰੋਤੇ ਜਿਹੜੇ ਜਿਹੜੇ ਜਿੱਥੇ ਜਿੱਥੇ ਮੁਲਕ ਦੇ ਵਿਚ ਇਹ ਪੰਜਾਬੀ ਰੇਡੀਓ ਸੁਣਦੇ ਆ ਪੰਜਾਬੀ ਕੀ ਹਿੰਦੀ ਕੀ ਸਾਰੇ ਉਨ੍ਹਾਂ ਨੂੰ ਇਸ ਗੱਲ ਦੀ ਰਹਿੰਦੀ ਹੈ ਕਿ ਕੀ ਹੋਇਆ ਪੰਜਾਬ ਦੇ ਵਿਚ ਕੀ ਕਿਸਾਨਾਂ ਦਾ ਜਿਹੜਾ ਟਕਰਾਓ ਚੱਲ ਰਿਹਾ ਹੈ ਉਸ ਦਾ ਕੀ ਬਣਿਆ ਸਰਕਾਰ ਦਾ ਕੀ ਰਿਸਪੋਂਸ ਹੈ ਕੀ ਹੁੰਦਾ ਰਾਜਨੀਤੀ ਹੈ ਕਿ ਕਿਸਾਨ ਕਿੰਨੇ ਕੁ ਅੱਗੇ ਵਧੇ ਆ ਤੇ ਪੰਜਾਬੀ ਕਿਸਾਨਾਂ ਦੇ ਨਾਲ ਹੋਰ ਕਿੰਨੇ ਸੂਬਿਆਂ ਦੇ ਕਿਸਾਨ ਰਲ ਰਹੇ ਨੇ ਹਰਿਆਣਾ ਰਲ ਚੁੱਕਾ ਹੈ ਉੱਤਰ ਪ੍ਰਦੇਸ਼ ਦੇ ਕਿਸਾਨ ਰਲ ਚੁੱਕੇ ਨੇ ਹੌਲੀ ਹੌਲੀ ਜਿਹੜੇ ਹੈਗੇ ਬਿਹਾਰ ਦੇ ਕਿਸਾਨ ਵੀ ਇਧਰ ਆ ਰਹੇ ਨੇ ਰਾਜਸਥਾਨ ਮੱਧ ਪ੍ਰਦੇਸ਼ ਹੋਰ ਤਾਂ ਹੋਰ ਦੱਖਣ ਦੇ ਸੂਬਿਆਂ ਦੇ ਵਿਚੋਂ ਵੀ ਕਿਸਾਨ ਜਿਹੜਾ ਹੈਗਾ ਪੰਜਾਬ ਦੇ ਜਾਂ ਪੂਰੇ ਭਾਰਤ ਦੇ ਕਿਸਾਨਾਂ ਦੇ ਨਾਲ ਲੁਟਾ ਰਹੇ ਨੇ ਉਨ੍ਹਾਂ ਨੂੰ ਇਹੀ ਹੈ ਕਿ ਕਿਵੇਂ ਨਾ ਕਿਵੇਂ ਇਸ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਹੈ ਹੋਰ ਜ਼ਿਆਦਾ ਮਜ਼ਬੂਤ ਹੋਵੇ ਤੇ ਕੇਂਦਰ ਸਰਕਾਰ ਕਿਵੇਂ ਨਾ ਕਿਵੇਂ ਨਰਮ ਹੋਵੇ ਤੇ ਜਿਹੜੇ ਕਾਨੂੰਨ ਉਸ ਇਸ ਸਰਕਾਰ ਨੇ ਬਣਾਏ ਨੇ ਉਨ੍ਹਾਂ ਨੂੰ ਕਿਵੇਂ ਨਾ ਕਿਵੇਂ ਰੱਦ ਕੀਤਾ ਜਾਵੇ ਉਹਦਾ ਕਾਰਨ ਇਹ ਹੈ ਕਿ ਇਸ ਸਮੇਂ ਜੋ ਪੰਜਾਬ ਦਾ ਕਿਸਾਨ ਹੈ ਉਸ ਦੇ ਲਈ ਵੀ ਇਹ ਵਕਾਰ ਦਾ ਮੁੱਦਾ ਬਣਿਆ ਹੋਇਆ ਉਹਦਾ ਕਾਰਨ ਇੱਕ ਇਹ ਵੀ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪਹਿਲਾਂ ਤਿੰਨ ਮਹੀਨੇ ਉਹ ਪੰਜਾਬ ਵਿਚ ਐਜੀਟੇਸ਼ਨ ਕਰਦੇ ਰਹੇ ਰੇਲ ਗੱਡੀਆਂ ਦੀ ਪੱਟੀਆਂ ਤੇ ਬੈਠੇ ਰਹੇ ਉਥੇ ਰੇਲ ਗੱਡੀਆਂ ਨਹੀਂ ਚੱਲਣ ਦਿੱਤੀਆਂ ਫਿਰ ਜਦੋਂ ਹੁਣ 33 ਦਿਨ ਇੱਥੇ ਵੀ ਹੋ ਗਿਆ ਦਿੱਲੀ ਦੇ ਵਿਚ ਆਇਆ ਨੂੰ ਵੀ ਤੇ ਇਸ ਸਮੇਂ ਦੌਰਾਨ 40 ਦੇ ਕਰੀਬ ਮੌਤਾਂ ਵੀ ਹੋ ਚੁੱਕੀਆਂ ਕਿਸਾਨਾਂ ਦੀਆਂ ਤੇ ਪੰਜਾਬ ਦੇ ਕਿਸਾਨ ਵੀ ਹੁਣ ਜਵਾਬ ਦੇ ਨੇ ਤੇ ਜਦੋਂ ਵੀ ਤੁਸੀਂ ਕਿਸੇ ਕਿਸਾਨ ਦੇ ਨਾਲ ਗੱਲ ਕਰਦੇ ਹੋ ਸਿਰਫ ਕਿਸਾਨ ਨਹੀਂ ਕਿਸਾਨ ਬੀਬੀਆਂ ਦੇ ਨਾਲ ਕਰਦੇ ਹੋ ਕਿਸਾਨ ਕੁੜੀਆਂ ਦੇ ਨਾਲ ਗੱਲ ਕਰਦੇ ਹੋ ਸਾਰੇ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਮਤਲਬ ਵਾਪਸ ਨਹੀਂ ਜਾਣਾ ਹੈਗਾ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਦੂਜੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇੱਕ ਪਾਸੇ ਤਾਂ ਸਰਕਾਰ ਕਦੇ ਚਿੱਠੀਆਂ ਲਿਖਦੀ ਹੈ ਕਦੇ ਇਹ ਵੀ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਵਿਚ ਆ ਕਿਸਾਨਾਂ ਜਿੰਨੇ ਵੀ ਕਾਨੂੰਨ ਬਣਾਏ ਗਏ ਨੇ ਕਿਸਾਨਾਂ ਦੇ ਹਿੱਤਾਂ ਵਿਚ ਨੇ ਪਰ ਨਾਲ ਨਾਲ ਬੜੀ ਸਾਰੀ ਜਿਹੜੇ ਕਿਸਾਨਾਂ ਵੱਲੋਂ ਹੀ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਲੀਡਰ ਨੇ ਜਿੰਨੇ ਵੀ ਕੁਛ ਲੀਡਰ ਅਜਿਹੇ ਨੇ ਜਿਹੜੇ ਕਿ ਕਿਸਾਨਾਂ ਦੇ ਖਿਲਾਫ ਬੋਲਦੇ ਨੇ ਕਦੇ ਕੋਈ ਕਿਸੇ ਤਰੀਕੇ ਦੀ ਬਿਆਨਬਾਜ਼ੀ ਕਰਦੇ ਨੇ ਕਦੇ ਕਿਸੇ ਤਰੀਕੇ ਦੀ ਬਿਆਨਬਾਜ਼ੀ ਕਰਦੇ ਨੇ ਤੇ ਨਾਲ ਨਾਲ ਦੂਜੇ ਪਾਸੇ ਸਰਕਾਰ ਖਾਸ ਤੌਰ ਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਗੇਂਦ ਕਿਸਾਨਾਂ ਦੇ ਪਾੜੇ ਵਿਚ ਸੁੱਟ ਦਿੰਦੀ ਹੈ ਕਿ ਉਸਦਾ ਰਿਸਪੋਂਸ ਜਿਹੜਾ ਹੈ ਸਤਾਈ ਤਰੀਕ ਨੂੰ ਤਾਂ ਜੀ ਕਿਸਾਨਾਂ ਨੇ ਗੇਂਦ ਜਮਾਂ ਡੀ ਦੇ ਉੱਤੇ ਰੱਖ ਲਈ ਸੀ ਕਹਿੰਦੇ ਬਸ ਸਿੱਧੀ ਮਾਰਾਂਗੇ ਪੈਨਲਟੀ ਕਿੱਕ ਕੰਮ ਹੋਜੂ ਤਮਾਮ ਤੇ ਅੱਜ ਉਸੇ ਕਿੱਕ ਦੇ ਉੱਤੇ ਹੁਣ ਸਰਕਾਰ ਨੇ ਯੂ ਟਰਨ ਲਿਆ ਹੀ ਹੈ ਦੇਖੋ ਗੱਲ ਇਹ ਹੈ ਕਿ ਇਸ ਸੰਬੰਧ ਵਿਚ ਕਿਸਾਨਾਂ ਨੇ ਕਿਹਾ ਸੀਗਾ ਕਿ ਅਸੀਂ 29 ਤਰੀਕ ਨੂੰ ਗੱਲਬਾਤ ਕਰਨ ਵਾਸਤੇ ਤਿਆਰ ਬੈਠੇ ਹਾਂ ਤੇ ਇਸਦਾ ਕਾਰਨ ਇਹ ਸੀਗਾ ਕਿ ਬਹੁਤ ਸਾਰੇ ਜਿਹੜੇ ਲੀਡਰ ਸੀਗੇ ਇਸ ਤਰ੍ਹਾਂ ਦੀ ਵੀ ਬਿਆਨਬਾਜ਼ੀ ਕਰ ਰਹੇ ਸੀਗੇ ਕਿ ਕਿਸਾਨਾਂ ਦੇ ਕੋਲ ਕੋਈ ਦਲੀਲ ਹੀ ਨਹੀਂ ਹੈਗੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਪਰ ਇਹ ਹੈ ਕਿ ਕਿਸਾਨਾਂ ਨੇ ਜਦੋਂ ਜਦੋਂ ਵੀ ਮੀਟਿੰਗਾਂ ਦੇ ਵਿਚ ਗਏ ਨੇ ਇਕੱਲੇ ਇਕੱਲੇ ਨੁਕਤੇ ਦੇ ਉੱਤੇ ਆਪਣੇ ਇਤਰਾਜ਼ ਪ੍ਰਗਟ ਕੀਤੇ ਨੇ ਤੇ ਉਸ ਸੰਬੰਧ ਵਿਚ ਬਹੁਤ ਸਾਰੇ ਨੁਕਤੇ ਸਰਕਾਰ ਨੇ ਪ੍ਰਵਾਨ ਵੀ ਕਰ ਰਹੇ ਨੇ ਤੇ ਜਦੋਂ ਕਿਸਾਨ ਇਹ ਕਹਿੰਦੇ ਨੇ ਜਦੋਂ ਤੁਸੀਂ ਸਾਰੇ ਨੁਕਤੇ ਪ੍ਰਵਾਨ ਹੀ ਕਰ ਲਏ ਤੇ ਹੁਣ ਕਾਨੂੰਨਾਂ ਨੂੰ ਵੀ ਰੱਦ ਕਰ ਦਿੱਤਾ ਜਾਣਾ ਚਾਹੀਦਾ ਪਰ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਸ ਦਾ ਵੀ ਵਕਾਰ ਦਾ ਮੁੱਦਾ ਬਣਿਆ ਹੋਇਆ ਉਹਦਾ ਕਾਰਨ ਇਹ ਹੈ ਕਿ ਜੇਕਰ ਉਨ੍ਹਾਂ ਨੇ ਇਹ ਕਾਨੂੰਨ ਰੱਦ ਕੀਤੇ ਤਾਂ ਆਉਣ ਵਾਲੇ ਸਮੇਂ ਵਿਚ ਉਹਨੂੰ ਇਹ ਵੀ ਲੱਗਦਾ ਕਿ ਜੇਕਰ ਕੋਈ ਇਹੋ ਜਿਹਾ ਵਿਵਾਦਪੂਰਨ ਜਿਹੜਾ ਕਾਨੂੰਨ ਫੇਰ ਮਤਲਬ ਉਨ੍ਹਾਂ ਵੱਲੋਂ ਪਾਸ ਕਰ ਦਿੱਤਾ ਗਿਆ ਤਾਂ ਫੇਰ ਐਜੀਟੇਸ਼ਨਾਂ ਵਧ ਗਿਆ ਤਾਂ ਫੇਰ ਹੋ ਸਕਦਾ ਉਨ੍ਹਾਂ ਨੂੰ ਇਹੋ ਜਿਹਾ ਕਾਨੂੰਨ
वापस लेना पवे। तो इस गल करके जिहड़े प्रधानमंत्री मोदी ने जिन्हां ने अपना अक्स एक बड़े मजबूत लीडर वाला बनाया होया है, तो उन्हां वल्लों वारी वारी जिन्हें भी अपना कह सकते हुण तक भाषण दिते जा रहे ने उन्हां दा किसानां दा जिक्र किया जाता है, पर जिहड़े किसान उन्हां दे दरवाजे ते बैठे आ उन्हां नाल गलबात नहीं की जाती। तो वह गुजरात के किसानों नाल गलबात कर लैंदे ने, होर किसानों नाल जिहड़े फोन इहदे उत्ते अपने भाषण दे विच किसानां दी गल कर लैंदे ने, होर दूर दराडे बैठे हुए उन्हां नाल वर्चुअल मीटिंगां कर लैंदे ने, पर पंजाब दे किसानां जां मतलब आपां जिहड़े किसान इस समय एजीटेशन कर रहे ने उन्हां नाल कोई गलबात नहीं कर रहे। इस संबंध विच जिहड़ी भाजपा दी लीडरां दी जिहड़ी सुर है ओह भी कुछ कुछ बदलन लगी है। उस संबंध विच जिहड़े सुशील मोदी ने जिहड़े कि बिहार ते जिहड़े उप मुख्यमंत्री भी रहे ने पिछले समय दौरान, ते इस बार उन्हां नूं कोई मंत्री दा अहुदा नहीं दित्ता हैगा। अज जिहड़ा अरुण जेटली उन्हां दी बरसी सी, उस बरसी दे मौके दे उत्ते ने उन्हां ने जिहड़ी गल कही है ਉਹ ਆਪਣੇ ਆਪ ਦੇ ਵਿਚ ਕਾਫ਼ੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਅਰੁਣ ਜੇਤਲੀ ਜਿਉਂਦੇ ਹੁੰਦੇ ਤਾਂ ਇਹ ਕਿਸਾਨ ਅੰਦੋਲਨ ਇੰਨਾ ਲੰਮੇ ਨਹੀਂ ਚੱਲਣਾ ਸੀਗਾ। ਕਹਿਣ ਤੋਂ ਭਾਵ ਇਹ ਹੈ ਕਿ ਉਹ ਵਿਅਕਤੀ ਸਮਰੱਥ ਸੀਗੇ ਕਿਸਾਨਾਂ ਨੂੰ ਮਨਾਉਣ ਦੇ ਵਿਚ। ਇਹਦਾ ਮਤਲਬ ਦੂਜੇ ਪਾਸੇ ਨੂੰ ਜੇ ਆਪਾਂ ਕੱਢਿਆ ਜਾਵੇ ਤਾਂ ਉਥੋਂ ਇਹ ਲੱਗਦਾ ਹੈ ਕਿ ਉਨ੍ਹਾਂ ਦਾ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਕਿਸਾਨਾਂ ਦੇ ਨਾਲ ਗੱਲਬਾਤ ਕਰਦੀ ਹੈ ਉਹਦੇ ਵਿਚ ਕਿਸਾਨਾਂ ਦਾ ਜਿਹੜਾ ਇਸ ਮਸਲਾ ਹੈ ਉਸ ਨੂੰ ਹੱਲ ਕਰਨ ਦੀ ਸਮਰੱਥਾ ਨਹੀਂ ਹੈ। ਤੇ ਦੂਜੇ ਪਾਸੇ ਜਿਹੜੇ ਐਨ ਸੀ ਪੀ ਦੇ ਲੀਡਰ ਨੇ ਸ਼ਰਦ ਪਵਾਰ, ਉਨ੍ਹਾਂ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਹੈਗਾ ਸਰਕਾਰ ਨੂੰ ਜਿਸ ਤਰੀਕੇ ਦੇ ਨਾਲ ਹੁਣ ਮੌਤਾਂ ਵੀ ਹੋ ਰਹੀਆਂ ਕਿਸਾਨਾਂ ਦੀਆਂ ਤੇ ਕਈ ਕਿਸਾਨਾਂ ਨੇ ਜਿਹੜੇ ਹੈਗੇ ਆ ਖੁਦਕੁਸ਼ੀ ਵੀ ਕਰ ਲਈ ਹੈ, ਤੇ ਸਰਕਾਰ ਨੂੰ ਇਸ ਮਾਮਲੇ ਦੇ ਵਿਚ ਗੰਭੀਰ ਹੋਣਾ ਚਾਹੀਦਾ ਹੈ, ਗੰਭੀਰ ਹੀ ਹੋਣਾ ਚਾਹੀਦਾ ਇਸ ਮਸਲੇ ਦਾ, ਕਿਵੇਂ ਨਾ ਕਿਵੇਂ ਹੱਲ ਕੱਢਿਆ ਜਾਣਾ ਚਾਹੀਦਾ। ਇਹੀ ਲੋਕਤੰਤਰ ਦਾ ਤਕਾਜ਼ਾ ਹੈ। ਜੇਕਰ ਕੋਈ ਧਿਰ ਇਕ ਕਾਨੂੰਨ ਨੂੰ ਲੈ ਕੇ ਇਹ ਕਹਿ ਰਹੀ ਹੈ ਵੀ ਸਾਨੂੰ ਸਾਡੀ ਪਸੰਦ ਨਹੀਂ ਹੈ ਇਸ ਵਕਤ ਵਿਚ, ਸਰਕਾਰ ਨੂੰ ਇਸ ਦਾ ਵਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ। ਤੇ ਸਿੱਧੂ ਸਾਹਿਬ ਦੇਖੋ ਪਿਛਲੇ ਦੋ ਦਿਨਾਂ ਦੇ ਵਿਚ ਫੇਰ ਲਗਾਤਾਰ ਜਿਹੜੇ ਤਿੰਨ ਕਿਸਾਨਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ ਇਕ ਅੱਜ ਬਰਨਾਲਾ ਦਾ ਕਿਸਾਨ ਸੀਗਾ ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦੇ ਇਕ ਲੀਡਰ ਦੇ ਨਿਵਾਸ ਸਾਹਮਣੇ ਹਾਂਜੀ ਸੁਖਦੇਵ ਸਿੰਘ ਉਸਦਾ ਨਾਂ, ਉਸਨੂੰ ਹਾਰਟ ਅਟੈਕ ਹੋ ਗਿਆ, ਉਸਦੀ ਮੌਤ ਹੋ ਗਈ। ਕੱਲ ਇਕ ਜਲਾਲਾਬਾਦ ਦਾ ਸੀਗਾ ਵਕੀਲ ਸੀ ਅਮਰਜੀਤ ਰਾਏ, ਉਸਨੇ ਸੁਸਾਈਡ ਕੀਤੀ, ਉਸ ਤੋਂ ਪਹਿਲਾਂ ਉਹਨੇ ਸੁਸਾਈਡ ਲੈਟਰ ਲਿਖਿਆ। ਤੇ ਇਹਦੇ ਨਾਲ ਇਕ ਕਿਸਾਨ ਲੀਡਰ ਸੀ ਉਹ ਮਹਿਲਾ ਸੀਗੀ ਜਿਹਦਾ ਕਿ ਐਕਸੀਡੈਂਟ ਦੇ ਵਿਚ ਉਹਦੀ ਮੌਤ ਹੋ ਗਈ। ਤੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਰੋਜ਼ਾਨਾ ਹੀ ਕਿਸਾਨਾਂ ਦੀ ਮੌਤਾਂ ਵੀ ਹੋ ਰਹੀ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੀ ਸਾਡੀ ਸਰਕਾਰ ਹੈ ਉਹ ਤਸ ਤੋਂ ਬਸ ਨਹੀਂ ਹੋ ਰਹੀਗੀ, ਉਸ ਨੂੰ ਇਸ ਸਬੰਧ ਵਿਚ ਕਿਸਾਨਾਂ ਦੇ ਨਾਲ ਕੋਈ ਨਾ ਕੋਈ ਗੱਲਬਾਤ ਕਰਕੇ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ। ਜਿਸ ਤਰੀਕੇ ਦਾ ਹੁਣ ਅਸੀਂ 30 ਤਰੀਕ ਦੀ ਗੱਲ ਕਰ ਰਹੇ ਹਾਂ, 30 ਤਰੀਕ ਦੀ ਗੱਲਬਾਤ ਦੇ ਦੌਰਾਨ ਜੋ ਕਿਸਾਨਾਂ ਨੇ ਆਪਣੇ ਚਾਰ ਨੁਕਤੇ ਉਠਾਏ ਨੇ ਉਨ੍ਹਾਂ ਦੇ ਉੱਤੇ ਉਹ ਗੱਲਬਾਤ ਕਰੇ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ, ਜਾਂ ਇਨ੍ਹਾਂ ਜਿਹੜੇ ਕਾਨੂੰਨ ਨੇ ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਤੇ ਕਿਸਾਨਾਂ ਦੇ ਨਾਲ ਇਹ ਐਜੀਟੇਸ਼ਨ ਕਰਕੇ ਦੁਬਾਰਾ ਗੱਲਬਾਤ ਕਰਕੇ ਇਨ੍ਹਾਂ ਨਵੇਂ ਸਿਰੇ ਤੋਂ ਇਹ ਕਾਨੂੰਨ ਬਣਾਏ ਜਾਣੇ ਚਾਹੀਦੇ ਨੇ। ਬਿਲਕੁਲ, ਗੱਲ ਤਾਂ ਇਹੀ ਹੈ ਜੀ ਕਿ ਨਵੇਂ ਸਿਰੇ ਤੋਂ ਸਾਰਾ ਕੁਝ ਹੋਵੇ ਪਰ ਸਿਰਾ ਕਿਸੇ ਗੱਲ ਦਾ ਆ ਹੀ ਨਹੀਂ ਰਿਹਾ, ਕਿਹੜੇ ਪਾਸੇ ਨੂੰ ਗੱਲ ਚੱਲ ਪਈ ਇਹ ਸਰਕਾਰ ਸੋਚ ਹੀ ਨਹੀਂ ਰਹੀ, ਹੋਰ ਪਾਸੇ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਤੇ ਵਿਰੋਧੀ ਧਿਰ ਦੇ ਵਫਦ ਦੇ ਵੱਲੋਂ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਜੀ। ਵਿਰੋਧੀ ਧਿਰ ਵੱਲੋਂ ਜੋ ਗੱਲਬਾਤ ਕੀਤੀ ਗਈ ਹੈ ਉਸ ਸੰਬੰਧ ਵਿਚ ਜਿਹੜਾ ਹੈਗਾ ਪਹਿਲਾਂ ਜਿਹੜਾ ਹੈਗਾ ਕਾਂਗਰਸ ਵੱਲੋਂ ਵੀ ਦੱਸਿਆ ਜਾਂਦਾ ਕਿ 2 ਕਰੋੜ ਲੋਕਾਂ ਦੇ ਦਸਤਖਤ ਕਰਾ ਕੇ ਜਿਹੜਾ ਹੈਗਾ ਰਾਸ਼ਟਰਪਤੀ ਨੂੰ ਦਿੱਤੇ ਗਏ ਨੇ, ਤੇ ਇਸ ਸਬੰਧ ਵਿਚ ਰਾਸ਼ਟਰਪਤੀ ਨੂੰ ਇਹ ਗੱਲ ਕਹੀ ਗਈ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿਚ ਭੂਮਿਕਾ ਨਿਭਾਉਣ, ਪਰ ਲੱਗਦਾ ਇਹ ਹੈ ਕਿ ਜਿਹੜੇ ਰਾਸ਼ਟਰਪਤੀ ਹੈ ਉਨ੍ਹਾਂ ਵਿਚ ਅਜਿਹੀ ਸ਼ਕਤੀ ਨਹੀਂ ਹੈਗੀ। ਆਪਾਂ ਇਹ ਵੀ ਕਹਿ ਸਕਦੇ ਹਾਂ ਕਿ
ਰਾਸ਼ਟਰਪਤੀ ਉਂਝ ਵੀ ਆਪਾਂ ਜਦੋਂ ਤੋਂ ਲੈ ਕੇ ਭਾਰਤ ਹੁਣ ਤੱਕ ਆਜ਼ਾਦ ਹੋਣ ਦੇ ਸਮੇਂ ਤੱਕ ਜਿੰਨੇ ਵੀ ਰਾਸ਼ਟਰਪਤੀ ਬਣੇ ਨੇ ਉਨ੍ਹਾਂ ਨੇ ਕਦੇ ਵੀ ਇਸ ਤਰੀਕੇ ਦਾ ਕੋਈ ਫੈਸਲਾ ਨਹੀਂ ਲਿਆ ਹੈਗਾ ਕਿ ਜਿਹੜਾ ਲੋਕ ਸਭਾ ਦੇ ਵਿਚ ਜਾਂ ਆਪਣਾ ਸੰਸਦ ਦੇ ਵਿਚ ਕੋਈ ਬਿੱਲ ਪਾਸ ਹੋ ਗਿਆ ਹੋਵੇ ਤੇ ਕਾਨੂੰਨ ਬਣ ਗਿਆ ਹੋਵੇ ਉਸ ਨੂੰ ਰੱਦ ਕੀਤਾ ਜਾਵੇ। ਹੁਣ ਕੋਈ ਇਕ ਅੱਧੀ ਘਟਨਾ ਹੋਊਗੀ ਜਿਹਦੇ ਵਿਚ ਰਾਸ਼ਟਰਪਤੀ ਨੇ ਇਹ ਗੱਲ ਕਹੀ ਹੋਵੇ ਕਿ ਇਸ ਨੂੰ ਜਿਹੜਾ ਹੈਗਾ ਮੁੜ ਵਿਚਾਰਿਆ ਜਾਵੇ, ਪਰ ਹੁਣ ਉਹ ਸਮਾਂ ਲੰਘ ਚੁੱਕਾ ਤੇ ਇਸ ਸਬੰਧ ਵਿਚ ਰਾਸ਼ਟਰਪਤੀ ਦੀ ਕੋਈ ਜ਼ਿਆਦਾ ਵੱਡੀ ਭੂਮਿਕਾ ਨਹੀਂ ਹੋ ਸਕਦੀ ਹੈਗੀ। ਸਿਰਫ ਤੇ ਸਿਰਫ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਵਿਰੋਧ ਹੈ ਉਸ ਨੂੰ ਆਪਾਂ ਆਪਣਾ ਵਿਰੋਧ ਦਰਜ ਕਰਾ ਸਕਦੇ ਹਾਂ ਤੇ ਰਾਸ਼ਟਰਪਤੀ ਇਸ ਮਾਮਲੇ ਦੇ ਵਿਚ ਜਿਹੜੀ ਵਿਰੋਧੀ ਧਿਰ ਵੱਲੋਂ ਜਿਹੜੇ ਪੇਸ਼ ਕੀਤੇ ਗਏ ਆਪਣੇ ਆਪਣੇ ਮੰਗ ਪੱਤਰ ਦਿੱਤੇ ਗਏ ਨੇ ਉਹਦਾ ਤੇ ਕੋਈ ਵੱਡੀ ਭੂਮਿਕਾ ਨਹੀਂ ਨਿਭਾ ਸਕਦੇ ਜੀ। ਤੇ ਕਿਸਾਨ ਜਥੇਬੰਦੀਆਂ ਚ ਫੁੱਟ ਪਾਉਣੀ ਚਾਹੁੰਦੇ ਅਮਿਤ ਸ਼ਾਹ, ਭਗਵੰਤ ਮਾਨ ਨੂੰ ਪਤਾ ਲੱਗਿਆ ਇਸ ਗੱਲ ਦਾ? ਦੇਖੋ ਗੱਲ ਇਹ ਹੈ ਕਿ ਅਸਲ ਦੇ ਵਿਚ ਆਪਾਂ ਕਹਿ ਸਕਦੇ ਹਾਂ ਕਿ ਭਗਵੰਤ ਮਾਨ ਜਿਹੜੇ ਵਿਰੋਧੀ ਧਿਰ ਦੇ ਆਪਾਂ ਕਹਿ ਸਕਦੇ ਹਾਂ ਕਿ ਭਾਰਤੀ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਸਮੇਂ ਪੰਜਾਬ ਦੇ ਵਿਚ ਮੁੱਖ ਵਿਰੋਧੀ ਧਿਰ ਹੈ, ਉਸ ਵੱਲੋਂ ਲਗਾਤਾਰ ਅਜਿਹਾ ਮੰਗ ਕੀਤੀ ਜਾ ਰਹੀ ਹੈ ਕਿ ਖਾਸ ਤੌਰ ਤੇ ਜਿਹੜੇ ਆਪਾਂ ਜਿਹੜੇ ਆਮ ਆਦਮੀ ਪਾਰਟੀ ਆ ਉਹ ਹਮੇਸ਼ਾ ਹੀ ਇਹ ਗੱਲ ਕਹਿੰਦੀ ਜਾ ਰਹੀ ਹੈ ਕਿ ਜਿਹੜੀ ਕੇਂਦਰ ਸਰਕਾਰ ਹੈ ਉਸ ਵੱਲੋਂ ਜਿਹੜਾ ਹੈਗਾ ਇਸ ਜਿਹੜਾ ਆਪਾਂ ਐਜੂਕੇਸ਼ਨ ਆ ਉਸ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿਚ ਅਸੀਂ ਦੇਖਦੇ ਆ ਰਹੇ ਹਾਂ ਕਿ ਕਾਫੀ ਹੱਦ ਤੱਕ ਅਸੀਂ ਦੇਖ ਰਹੇ ਹਾਂ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਸ ਵੱਲੋਂ ਜਿਹੜਾ ਹੈਗਾ ਇਸ ਮਾਮਲੇ ਦੇ ਵਿਚ ਕਾਫੀ ਮਤਲਬ ਇਹੋ ਜਿਹੇ ਬਿਆਨ ਦਿੱਤੇ ਜਾ ਰਹੇ ਜਿਹਦੇ ਨਾਲ ਕਿ ਇਹ ਜਿਹੜੀ ਆਪਾਂ ਇਹ ਐਜੀਟੇਸ਼ਨ ਹੈ ਉਸ ਦੇ ਵਿਚ ਫੁੱਟ ਪੈ ਜਾਵੇ। ਪਰ ਲੱਗਦਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕਿਸਾਨ ਇਕਜੁੱਟ ਹੋਏ ਬੈਠੇ ਨੇ ਉਸ ਤੋਂ ਅਜਿਹਾ ਨਹੀਂ ਲੱਗਦਾ ਕਿ ਜਿਹੜੇ ਇਹ ਕਿਸਾਨ ਕਿਉਂਕਿ ਉਨ੍ਹਾਂ ਵਿਚ ਦੇਖਿਆ ਗਿਆ ਕਿ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਜਦੋਂ ਵੀ ਕੋਈ ਮੀਟਿੰਗ ਹੁੰਦੀ ਹੈ ਤਾਂ ਉਸ ਦੇ ਵਿਚ ਸਾਰਿਆਂ ਨਾਲ ਸਰਬਸੰਮਤੀ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਇਸ ਮੀਟਿੰਗ ਦੇ ਵਿਚ ਅਸੀਂ ਦੇਖਿਆ ਕਿ ਜਦੋਂ ਕੇਂਦਰ ਸਰਕਾਰ ਵੱਲੋਂ ਲੈਟਰ ਆਉਂਦੀਆਂ ਨੇ ਤਾਂ ਉਸ ਦੇ ਵਿਚ ਜਿਹੜਾ ਹੈਗਾ ਸਾਰੀ ਮੀਟਿੰਗਾਂ ਹੁੰਦੀਆਂ ਨੇ, ਮੀਟਿੰਗਾਂ ਤੋਂ ਬਾਅਦ ਜਿਹੜਾ ਹੈਗਾ ਕੋਈ ਵੀ ਵਿਚਾਰ ਵਟਾਂਦਰਾ ਸਰਬਸੰਮਤੀ ਨਾਲ ਹੁੰਦਾ ਤੇ ਜਿਸ ਤਰੀਕੇ ਨਾਲ ਕਿਸਾਨ ਗੱਲਬਾਤ ਕਰ ਰਹੇ ਨੇ ਉਸ ਤੋਂ ਅਜਿਹਾ ਨਹੀਂ ਲੱਗਦਾ ਕਿ ਇਹ ਆਪਸ ਦੇ ਵਿਚ ਫੁੱਟ ਪੈ ਸਕਦੀ ਹੈ। ਕਿਸਾਨ ਇਕਜੁੱਟ ਨੇ ਤੇ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਆਪਾਂ ਕਿਸਾਨ ਪੂਰੀ ਸਹੀ ਲਾਈਨ ਤੇ ਚੱਲ ਰਹੇ ਨੇ। ਭਗਵੰਤ ਮਾਨ ਨੂੰ ਕਿਵੇਂ ਦਿਸਣ ਲੱਗ ਗਿਆ ਵੀ ਇਹ ਫੁੱਟ ਪੈ ਰਹੀ ਹੈ ਜੀ? ਭਗਵੰਤ ਮਾਨ ਇਸ ਗੱਲ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਉਹ ਅਕਸਰ ਹੀ ਅਜਿਹੇ ਬਿਆਨ ਦਿੰਦੇ ਰਹਿੰਦੇ ਨੇ ਤੇ ਉਨ੍ਹਾਂ ਕੋਲ ਕੋਈ ਇਹੋ ਜਿਹਾ ਪੁਖਤਾ ਕਾਨੂੰਨ ਜਿਹੜਾ ਹੈਗਾ ਸਬੂਤ ਤਾਂ ਨਹੀਂ ਹੈਗਾ, ਪਰ ਇਹ ਹੈ ਕਿ ਇਹ ਹਕੀਕਤ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਚਾਹੁੰਦੀ ਤਾਂ ਇਹੀ ਹੈ ਕਿ ਕਿਵੇਂ ਨਾ ਕਿਵੇਂ ਇਸ ਜਿਹੜੀ ਆਪਾਂ ਸੰਘਰਸ਼ ਹੈ ਇਸ ਨੂੰ ਸਾਬਤਾਜ ਕੀਤਾ ਜਾਵੇ। ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਕਹਿ ਰਹੀ ਹੈ, ਕਦੇ ਹੋਰ ਸੂਬਿਆਂ ਤੋਂ ਕਿਸਾਨਾਂ ਨੂੰ ਬੁਲਾ ਰਹੀ ਹੈ, ਬੁਲਾ ਕੇ ਜਿਹੜਾ ਉਨ੍ਹਾਂ ਕਿਸਾਨਾਂ ਤੋਂ ਇਹ ਗੱਲ ਕਹਾਈ ਜਾ ਰਹੀ ਹੈ ਕਿ ਜਿਹੜੀ ਇਹ ਕਾਨੂੰਨ ਨੇ ਬਹੁਤ ਚੰਗੇ ਨੇ, ਇਨ੍ਹਾਂ ਵਿਚ ਕੋਈ ਨਾ ਜਿਹੜੀ ਕੋਈ ਤਰਮੀਮ ਨਹੀਂ ਹੋਣੀ ਚਾਹੀਦੀ, ਇਹ ਕਿਸਾਨਾਂ ਦੇ ਹੱਕ ਵਿਚ ਨੇ। ਪਰ ਦੂਜੇ ਪਾਸੇ ਇਹ ਜਿਹੀਆਂ ਜਿਹੜਾ ਹੈਗਾ ਉਸਦਾ ਪ੍ਰਚਾਰ ਵੀ ਬਹੁਤ ਕੀਤਾ ਜਾ ਰਿਹਾ, ਤਸਵੀਰਾਂ ਵੀ ਖਿਚਾਈਆਂ ਜਾ ਰਹੀਆਂ ਨੇ, ਪਰ ਲੱਗਦਾ ਇਹ ਨਹੀਂ ਹੈਗਾ ਕਿ ਇਹ ਕਿਸਾਨ ਜਿਹੜੇ ਹੈਗਾ ਦੁਫਾੜ ਹੋ ਸਕਦੇ ਆ ਤੇ ਮੈਨੂੰ ਇਹੀ ਲੱਗਦਾ ਕਿ ਕਿਸਾਨ ਜਿਹੜੇ ਹੈਗਾ ਇਕਜੁੱਟ ਹੋ ਕੇ ਹੀ ਗੱਲਬਾਤ ਕਰਨਗੇ ਜੀ। ਕਿਸਾਨੀ ਸੰਘਰਸ਼ ਨੂੰ ਖਾਲਿਸਤਾਨੀ ਕਹਿਣਾ ਵੀ ਗਲਤ ਹੈ ਜੀ, ਜਥੇਦਾਰ ਹਰਪ੍ਰੀਤ ਸਿੰਘ ਹੋਰੇ ਕਹਿੰਦੇ ਆ? ਦੇਖੋ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਇਸ ਸਮੇਂ ਆਪਾਂ ਕਹਿ ਸਕਦੇ ਜਿੰਨੀ ਵੀ ਲੀਡਰਸ਼ਿਪ ਹੈ ਤੇ ਉਸ ਵੱਲੋਂ ਇਹੀ ਗੱਲ ਕਹੀ ਜਾ ਰਹੀ ਹੈ ਕਿ ਖਾਸ ਤੌਰ ਤੇ ਸਿੱਖ ਲੀਡਰਸ਼ਿਪ ਹੈ ਉਸ ਵੱਲੋਂ ਵਾਰੀ ਵਾਰੀ ਇਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਵਿਚ ਹਾਂ ਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਜਿਹੜਾ ਖਾਲਿਸਤਾਨੀ ਉਨ੍ਹਾਂ ਨੂੰ ਅੱਜ ਤੋਂ ਨਹੀਂ ਕਾਫੀ ਦੇਰ ਤੋਂ ਜਿਹੜੀ ਹੈਗੀ ਹੈ ਜਦੋਂ ਸ਼ੁਰੂਆਤ ਹੀ ਹੋਈ ਸੀਗੀ ਤਾਂ ਕੇਂਦਰ ਸਰਕਾਰ ਵੱਲੋਂ ਖਾਸ ਤੌਰ ਤੇ ਜਿਹੜਾ ਭਾਰਤੀ ਮੀਡੀਆ
ਕੌਮੀ ਮੀਡੀਆ ਉਸ ਵੱਲੋਂ ਵੀ ਇਸ ਤਰੀਕੇ ਦੇ ਨਾਲ ਯਤਨ ਕੀਤੇ ਗਏ ਕਿ ਇਸ ਨੂੰ ਖਾਲਿਸਤਾਨ ਗਰਦਾਨਿਆ ਜਾਵੇ ਤੇ ਉਨ੍ਹਾਂ ਨੇ ਕਿਹਾ ਵੀ ਹੈ ਕਿ ਵੀ ਜਿਹੜੇ ਹੈਗੇ ਇਸ ਮਾਮਲੇ ਦੇ ਵਿਚ ਬਹੁਤ ਸਾਰੀ ਖਾਲਿਸਤਾਨੀ ਤੱਤ ਵੀ ਆ ਚੁੱਕੇ ਨੇ ਪਰ ਇਹ ਹੈ ਕਿ ਸਿੱਧੂ ਸਾਹਿਬ ਆਪਾਂ ਨੂੰ ਪਤਾ ਕਿ ਇਸ ਇਸ ਸਬੰਧ ਵਿਚ ਪੰਨੂ ਸਾਹਿਬ ਵੀ ਇਕ ਬੜੀ ਵਧੀਆ ਉਦਾਹਰਣ ਦਿੰਦੇ ਹੁੰਦੇ ਆ ਕਿ ਇਕ ਪਿੰਡ ਹੈ ਉਸ ਪਿੰਡ ਦੇ ਵਿਚ ਕਾਂਗਰਸੀ ਵੀ ਵਸ ਰਹੇ ਨੇ ਅਕਾਲੀ ਵੀ ਵਸਦੇ ਆ ਉਨ੍ਹਾਂ ਵਿਚ ਖਾਲਿਸਤਾਨੀ ਵੀ ਤੱਤ ਵੀ ਵਸ ਸਕਦੇ ਆ ਜੇਕਰ ਸਾਹਮਣੇ ਨਹਿਰ ਟੁੱਟ ਜਾਂਦੀ ਹੈ ਤੇ ਪਾਣੀ ਪਿੰਡ ਦੇ ਵਿਚ ਭਰਦਾ ਹੈ ਤਾਂ ਸਾਰੇ ਹੀ ਜਿਹੜੀ ਸੋਚ ਵਾਲੇ ਲੋਕ ਨੇ ਉਸ ਪਾੜ ਨੂੰ ਪੂਰਨ ਵਾਸਤੇ ਜਾਂਦੇ ਆ ਉਸੇ ਤਰੀਕੇ ਨਾਲ ਅੱਜ ਜਿਹੜਾ ਸੰਕਟ ਹੈ ਪੂਰੇ ਪੰਜਾਬੀਆਂ ਦੇ ਉੱਤੇ ਆਇਆ ਹੋਇਆ ਤੇ ਉਸ ਦੇ ਵਿਚ ਵੱਖ ਵੱਖ ਵਿਚਾਰਧਾਰਾ ਦੇ ਲੋਕ ਵੀ ਸ਼ਾਮਲ ਨੇ ਤੇ ਉਹ ਇਸ ਪਾੜ ਨੂੰ ਰੋਕਣ ਵਾਸਤੇ ਪਹੁੰਚੇ ਹੋਏ ਨੇ ਕਿਉਂਕਿ ਜੇਕਰ ਕਾਨੂੰਨ ਇਹ ਲਾਗੂ ਹੋ ਜਾਂਦੇ ਨੇ ਤਾਂ ਇਸ ਦੇ ਨਾਲ ਪੂਰੇ ਪੰਜਾਬ ਦੇ ਨਹੀਂ ਪੂਰੀ ਭਾਰਤ ਦੇ ਕਿਸਾਨਾਂ ਨੂੰ ਨੁਕਸਾਨ ਹੋ ਸਕਦਾ ਇਸੇ ਗੱਲ ਕਰਕੇ ਇਹ ਜਿਹੜੇ ਕਿਸਾਨ ਨੇ ਅੱਗੇ ਵੱਧ ਰਹੇ ਨੇ ਤੇ ਇਸ ਸਬੰਧ ਵਿਚ ਆਪਾਂ ਕਹਿ ਸਕਦੇ ਹਾਂ ਕਿ ਕੁਛ ਲੋਕਾਂ ਦੀ ਜਿਹੜੀ ਸੋਚ ਹੋ ਸਕਦੀ ਆ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਸ ਐਜੀਟੇਸ਼ਨ ਦੇ ਉੱਤੇ ਖਾਲਿਸਤਾਨੀ ਹੋਣ ਦਾ ਧੱਬਾ ਲਾਇਆ ਜਾ ਸਕਦਾ ਜੀ ਕਹਿੰਦੇ ਕੇਜਰੀਵਾਲ ਨੇ ਕਿਸਾਨਾਂ ਦੇ ਖਿਲਾਫ਼ ਸਾਜਿਸ਼ ਰਚੀ ਸੀ ਰਵਨੀਤ ਬਿੱਟੂ ਨੂੰ ਪਤਾ ਲੱਗ ਗਿਆ ਦੇਖੋ ਗੱਲ ਇਹ ਹੈ ਕਿ ਇਸ ਸਬੰਧ ਵਿਚ ਤਾਂ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਰਵਨੀਤ ਬਿੱਟੂ ਵੀ ਇਸ ਸਮੇਂ ਉਹਦੇ ਵਿਚ ਬੈਠੇ ਨੇ ਕੀ ਕਹਿ ਸਕਦੇ ਆ ਇਸ ਜੋ ਐਜੀਟੇਸ਼ਨ ਚੱਲ ਰਹੀ ਹੈ ਉਸ ਸਬੰਧ ਵਿਚ ਇਕ ਕੁੜੀ ਜਿਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸਾਧ ਮਰਾਦੀ ਸੋਹਣੀ ਭਾਬਤ ਗੁੰਮ ਹੈ ਗੁੰਮ ਹੈ ਗੁੰਮ ਹੈ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਰ ਦੂਜੇ ਪਾਸੇ ਜੇ ਪੋਸਟਰ ਦੀ ਗੱਲ ਕਰੀਏ ਦੁਸ਼ਯੰਤ ਚੌਟਾਲਾ ਦਾ ਲੱਗਿਆ ਗੁੰਮ ਹੈ ਦੁਸ਼ਯੰਤ ਚੌਟਾਲਾ ਇਹ ਸਿੰਘੂ ਬਾਰਡਰ ਤੇ ਪੋਸਟਰ ਲੱਗੇ ਪਏ ਆ ਜੀ ਦੇਖੋ ਸਿੱਧੂ ਸਾਹਿਬ ਤੁਸੀਂ ਵੀ ਦੇਖੇ ਹੋਣਗੇ ਇਸ ਸਮੇਂ ਜਿਸ ਤਰੀਕੇ ਨਾਲ ਪੂਰੇ ਭਾਰਤ ਦੇ ਹਾਲਾਤ ਚੱਲ ਰਹੇ ਨੇ ਉਹਨਾਂ ਹਾਲਾਤ ਦੇ ਵਿਚ ਖਾਸ ਤੌਰ ਤੇ ਜੇਕਰ ਆਪਾਂ ਹਰਿਆਣੇ ਜਾਂ ਪੰਜਾਬ ਦੀ ਗੱਲ ਕਰਦੇ ਹਾਂ ਇੱਥੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਲੋਕ ਨੇ ਚਾਹੇ ਆਪਾਂ ਕਹਿ ਸਕਦੇ ਹਾਂ ਜਨ ਨਾਇਕ ਜਨਤਾ ਪਾਰਟੀ ਦੇ ਲੋਕ ਨੇ ਉਹਨਾਂ ਦੇ ਖਿਲਾਫ਼ ਪੂਰੇ ਜਿਹੜੇ ਹੈਗਾ ਹਰਿਆਣੇ ਦੇ ਲੋਕ ਖੜੇ ਨੇ ਪੰਜਾਬ ਦੇ ਵਿਚ ਭਾਰਤੀ ਜਨਤਾ ਪਾਰਟੀ ਦੇ ਲੋਕ ਖੜੇ ਨੇ ਤੇ ਇਸ ਸਬੰਧ ਵਿਚ ਜਿਹੜੇ ਦੁਸ਼ਯੰਤ ਚੌਟਾਲਾ ਹੈ ਉਹ ਇਸ ਸਮੇਂ ਹਰਿਆਣਾ ਦੇ ਵਿਚ ਉਪ ਮੁੱਖ ਮੰਤਰੀ ਨੇ ਤੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਪਰਿਵਾਰਕ ਪਿਛੋਕੜ ਉਹ ਕਿਸਾਨਾਂ ਦੇ ਨਾਲ ਜੁੜਦਾ ਹੈ ਉਹਦਾ ਕਾਰਨ ਇਹ ਹੈ ਕਿ ਉਹਦੇ ਦਾਦਾ ਪੜਦਾਦਾ ਜਿਹੜੇ ਚੌਧਰੀ ਦੇਵੀ ਲਾਲ ਸੀਗੇ ਉਹ ਆਪਣੇ ਆਪ ਦੇ ਵਿਚ ਬੜੇ ਉੱਚੇ ਕੱਦ ਦੇ ਕਿਸਾਨੀ ਲੀਡਰ ਸੀਗੇ ਤੇ ਉਨ੍ਹਾਂ ਨੇ ਹਮੇਸ਼ਾ ਹੀ ਹਰਿਆਣੇ ਦੇ ਵਿਚ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਉਹਦੇ ਦਾਦਾ ਓਮ ਪ੍ਰਕਾਸ਼ ਚੌਟਾਲਾ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਰਹੇ ਨੇ ਉਹ ਵੀ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਹੀ ਸੱਤਾ ਵਿਚ ਆਉਂਦੇ ਰਹੇ ਨੇ ਤੇ ਇਸ ਗੱਲ ਕਰਕੇ ਜਦੋਂ ਤੋਂ ਕੌਮੀ ਜਮਹੂਰੀ ਗਠਜੋੜ ਦੇ ਨਾਲੋਂ ਅਕਾਲੀ ਦਲ ਨੇ ਆਪਣਾ ਹਿੱਸਾ ਆਪਣਾ ਨਾਤਾ ਤੋੜਿਆ ਹੈ ਬੀਬੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਨਾਤਾ ਤੋੜਿਆ ਤੇ ਉਥੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਦੁਸ਼ਯੰਤ ਚੌਟਾਲਾ ਦੇ ਉੱਤੇ ਵੀ ਬੋਝ ਬਣਿਆ ਹੋਇਆ ਸੀ ਦਬਾਅ ਬਣਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਉਹ ਇਨ੍ਹਾਂ ਜਿਹੜੇ ਕਾਨੂੰਨ ਬਣੇ ਨੇ ਉਨ੍ਹਾਂ ਦਾ ਵਿਰੋਧ ਕਰੇ ਤੇ ਉਹ ਵਿਰੋਧ ਇਹ ਕਰ ਨਹੀਂ ਰਹੇ ਹੈਗੇ ਉਹ ਇਹੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਨੇ ਇਸੇ ਕਰਕੇ ਦੁਸ਼ਯੰਤ ਚੌਟਾਲਾ ਦਾ ਲਗਾਤਾਰ ਵਿਰੋਧ ਹੋ ਰਿਹਾ ਪਿਛਲੇ ਦਿਨੀ ਉਹ ਆਪਣੇ ਹਲਕੇ ਦੇ ਵਿਚ ਉਨ੍ਹਾਂ ਨੇ ਆਉਣਾ ਸੀਗਾ ਤੇ ਜਿੱਥੇ ਉਨ੍ਹਾਂ ਨੇ ਹੈਲੀਕਾਪਟਰ ਤੋਂ ਉਤਾਰਨਾ ਸੀਗਾ ਤਾਂ ਵਿਰੋਧ ਕਰ ਰਹੇ ਕਿਸਾਨਾਂ ਨੇ ਉਸ ਜਗ੍ਹਾ ਨੂੰ ਹੀ ਪੱਟ ਦਿੱਤਾ ਸੀਗਾ ਤੇ ਇਸ ਗੱਲ ਕਰਕੇ ਦੁਸ਼ਯੰਤ ਚੌਟਾਲਾ ਨੂੰ ਆਪਣਾ ਜਿਹੜਾ ਹੈਗਾ ਇਹ ਦੌਰਾ ਵੀ ਰੱਦ ਕਰਨਾ ਪਿਆ ਸੀਗਾ ਇਹੀ ਕਾਰਨ ਹੈ ਕਿ ਜਿੰਨੇ ਵੀ ਇਸ ਸਮੇਂ ਆਪਾਂ ਕਹਿ ਸਕਦੇ ਹਾਂ ਚਾਹੇ ਭਾਜਪਾ ਦੇ ਲੀਡਰ ਨੇ ਚਾਹੇ ਆਪਾਂ ਕਹਿ ਸਕਦੇ ਹਾਂ
ਜਨ ਨਾਇਕ ਜਨਤਾ ਪਾਰਟੀ ਦੇ ਲੀਡਰ ਨੇ ਉਨ੍ਹਾਂ ਦਾ ਵਿਰੋਧ ਹੋ ਰਿਹਾ ਤੇ ਪਿਛਲੇ ਦਿਨ ਜਦੋਂ ਅੰਬਾਲਾ ਦੇ ਵਿਚ ਮੁੱਖ ਮੰਤਰੀ ਜਿਹੜੇ ਖੱਟਰ ਸਾਹਿਬ ਆਏ ਤਾਂ ਉਨ੍ਹਾਂ ਦੇ ਜਿਹੜੇ ਕਾਫਲੇ ਉੱਤੇ ਵੀ ਜਿਹੜਾ ਹੈਗਾ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀਗਾ। ਕਿਸਾਨਾਂ ਨੇ ਕਾਲੇ ਝੰਡੇ ਦਿਖਾਏ ਸੀਗੇ। ਇਸੇ ਤਰੀਕੇ ਨਾਲ ਇਕ ਵਾਰੀ ਅਨਿਲ ਵਿਜ ਗੁਰਦੁਆਰੇ ਵਿਚ ਮੱਥਾ ਟੇਕਣਾ ਹੈ ਤਾਂ ਉਨ੍ਹਾਂ ਨੂੰ ਵੀ ਉਨ੍ਹਾਂ ਦਾ ਵੀ ਵਿਰੋਧ ਹੋਇਆ ਸੀਗਾ। ਕਹਿਣ ਤੋਂ ਭਾਵ ਇਹ ਹੈ ਕਿ ਜਿੰਨੇ ਵੀ ਇਹ ਲੀਡਰ ਨੇ ਉਨ੍ਹਾਂ ਦਾ ਵਿਰੋਧ ਹੋ ਰਿਹਾ। ਵਿਰੋਧ ਦੇ ਕਾਰਨ ਜਿਹੜਾ ਹੈਗਾ ਉਹ ਘਰੋਂ ਬਾਹਰ ਵੀ ਨਿਕਲ ਨਹੀਂ ਪਾ ਰਹੇ ਹੈਗੇ। ਇਸੇ ਗੱਲ ਕਰਕੇ ਹੁਣ ਜਦੋਂ ਦਿਸ ਨਹੀਂ ਰਹੇ ਇਸੇ ਤਾਂ ਕਰਕੇ ਦੁਸ਼ਯੰਤ ਚੌਟਾਲਾ ਗੁੰਮ ਹੈ। ਇਸ ਦੇ ਪੋਸਟਰ ਜਗ੍ਹਾ ਜਗ੍ਹਾ ਤੇ ਲੱਗ ਰਹੇ ਨੇ ਤੇ ਜੇਕਰ ਉਨ੍ਹਾਂ ਨੇ ਗੁੰਮ ਨਹੀਂ ਹੋਣਾ ਤਾਂ ਉਨ੍ਹਾਂ ਨੂੰ ਚਾਹੀਦਾ ਇਹੀ ਹੈ ਕਿ ਇਹ ਜੋ ਕਿਸਾਨ ਬੈਠੇ ਨੇ ਇਸ ਸਮੇਂ ਦਿੱਲੀ ਦੇ ਵਿਚ ਬੈਠੇ ਨੇ, ਇੰਨੀ ਠੰਡ ਪੈ ਰਹੀ ਆ, ਧੁੰਦ ਪੈ ਰਹੀ ਆ, ਵਿਚ ਵਿਚ ਨੂੰ ਮੀਂਹ ਵੀ ਆ ਜਾਂਦਾ ਹੈ, ਇੰਨੇ ਭਿਅੰਕਰ ਮੌਸਮ ਦੇ ਵਿਚ ਡਟ ਕੇ ਕਿਸਾਨ ਬੈਠੇ ਨੇ। ਉਹ ਕਿਸਾਨਾਂ ਵੱਲੋਂ ਨੰਗੇ ਧੜ ਐਜੀਟੇਸ਼ਨ ਕੀਤੀ ਜਾ ਰਹੀ ਹੈ। ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਜਿੰਨਾ ਮਰਜ਼ੀ ਆਪਣਾ ਸਖ਼ਤ ਵਤੀਰਾ ਅਪਣਾ ਲਏ ਪਰ ਕਿਸਾਨ ਉਦੋਂ ਹੀ ਵਾਪਸ ਜਾਣਗੇ ਜਦੋਂ ਤੱਕ ਇਹ ਕਾਨੂੰਨ ਖਤਮ ਨਹੀਂ ਹੁੰਦੇ। ਇਸੇ ਗੱਲ ਕਰਕੇ ਦੁਸ਼ਯੰਤ ਚੌਟਾਲਾ ਦਾ ਵੀ ਵਿਰੋਧ ਹੋ ਰਿਹਾ। ਵਿਰੋਧ ਕਰਕੇ ਹੀ ਉਹ ਹੁਣ ਆਪਣੇ ਆਫਿਸ ਵਿਚੋਂ ਬਾਹਰ ਨਹੀਂ ਨਿਕਲ ਪਾ ਰਹੇ ਹੈਗੇ, ਆਪਣੇ ਘਰ ਦੇ ਵਿਚੋਂ ਬਾਹਰ ਨਹੀਂ ਨਿਕਲ ਪਾ ਰਹੇ। ਇਸੇ ਗੱਲ ਕਰਕੇ ਉਨ੍ਹਾਂ ਨੂੰ ਇਨ੍ਹਾਂ ਪਰਿਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਕਾਂਗਰਸ ਦਾ ਸਥਾਪਨਾ ਦਿਵਸ ਸੀਗਾ ਜੀ ਤੇ ਰਾਹੁਲ ਗਾਂਧੀ ਹੋਰ ਕੇਕ ਲੈਣ ਗਏ ਬਾਹਰਲੇ ਮੁਲਕ ਚ। ਕਹਿੰਦੇ ਆ ਕਿ ਉਹ ਆਪਣੀ ਨਾਨੀ ਨੂੰ ਮਿਲਣ ਗਏ ਆ, ਉਹਦੀ ਨਾਨੀ ਕਹਿੰਦੇ ਬਹੁਤ ਸੋਹਣਾ ਕੇਕ ਬਣਾਉਂਦੀ ਹੈ ਤੇ ਦੂਜੇ ਪਾਸੇ ਵਿਚਾਰੇ ਉਡੀਕਦੇ ਰਹਿੰਦੇ ਨੇ ਜਿੰਨੇ ਵੀ ਕਾਂਗਰਸੀ ਵੱਡੇ ਲੀਡਰ ਨੇ ਤੇ ਉਨ੍ਹਾਂ ਨੂੰ ਇਹੀ ਲੱਗਦਾ ਕਿ ਜੇਕਰ ਕੋਈ ਵਿਅਕਤੀ ਇਸ ਸਮੇਂ ਕਾਂਗਰਸ ਦੀ ਵਾਗਡੋਰ ਸੰਭਾਲ ਸਕਦਾ ਤੇ ਉਹ ਸਿਰਫ ਤੇ ਸਿਰਫ ਜਿਹੜਾ ਹੈਗਾ ਰਾਹੁਲ ਗਾਂਧੀ ਆ। ਰਾਹੁਲ ਗਾਂਧੀ ਇਕ ਅਜਿਹੀ ਸ਼ਖਸੀਅਤ ਹੈ ਜਦੋਂ ਪਾਰਟੀ ਸੰਕਟ ਦੇ ਵਿਚ ਹੁੰਦੀ ਹੈ ਜਾਂ ਉਹਦਾ ਕੋਈ ਮਹੱਤਵਪੂਰਨ ਦਿਨ ਹੁੰਦਾ ਹੈ ਤਾਂ ਉਹ ਆਪਣੇ ਕਿਤੇ ਨਾ ਕਿਤੇ ਸੈਰ ਲਈ ਰਵਾਨਾ ਹੋ ਜਾਂਦੇ ਆ। ਸਿੱਧੂ ਸਾਹਿਬ ਤੁਹਾਨੂੰ ਪਤਾ ਹੋਊਗਾ, ਯਾਦ ਵੀ ਆ ਤੁਹਾਨੂੰ, ਬਿਹਾਰ ਦੇ ਵਿਚ ਜਦੋਂ ਚੋਣਾਂ ਹੋਈਆਂ ਸੀਗੀਆਂ ਤਾਂ ਉਥੇ ਕਾਂਗਰਸ ਦੀਆਂ ਬਹੁਤ ਸਾਰੀਆਂ ਰੈਲੀਆਂ ਹੋਣੀਆਂ ਸੀਗੀਆਂ ਪਰ ਰਾਹੁਲ ਗਾਂਧੀ ਦੋ ਤਿੰਨ ਰੈਲੀਆਂ ਭੁਗਤਾ ਕੇ ਸ਼ਿਮਲੇ ਪਹੁੰਚ ਗਏ ਸੀਗੇ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੇ ਬਹੁਤ ਜ਼ਿਆਦਾ ਰੈਲੀਆਂ ਕੀਤੀਆਂ। ਇਹੀ ਕਾਰਨ ਹੈ ਕਿ ਭਾਰਤੀ ਜਨਤਾ ਪਾਰਟੀ ਉਥੇ ਇਕ ਵੱਡੀ ਪਾਰਟੀ ਦੇ ਤੌਰ ਤੇ ਸਾਹਮਣੇ ਆਈ ਤੇ ਰਾਹੁਲ ਗਾਂਧੀ ਦਾ ਜੋ ਦ੍ਰਿਸ਼ਟੀਕੋਣ ਆ, ਜੋ ਐਟੀਚਿਊਡ ਹੈ, ਉਹ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਗੈਰ ਜ਼ਿੰਮੇਦਾਰਾਨਾ ਹੈ। ਤੇ ਅੱਜ ਉਸ ਦਾ ਸਥਾਪਨਾ ਦਿਵਸ ਸੀਗਾ ਕਾਂਗਰਸ ਦਾ 136ਵਾਂ ਤੇ ਉਸ 136ਵੇਂ ਸਥਾਪਨਾ ਦਿਵਸ ਦੇ ਮੌਕੇ ਜਿਹੜਾ ਹੈਗਾ ਨਾ ਤਾਂ ਰਾਜੀਵ ਗਾਂਧੀ ਆਪਣਾ ਕਹਿੰਦੇ ਰਾਹੁਲ ਗਾਂਧੀ ਪਹੁੰਚੇ ਨਾ ਹੀ ਸੋਨੀਆ ਗਾਂਧੀ ਪਹੁੰਚੀ। ਸੋਨੀਆ ਗਾਂਧੀ ਦਾ ਕਾਰਨ ਇਹ ਸੀਗਾ ਕਿ ਉਨ੍ਹਾਂ ਨੂੰ ਡਾਕਟਰ ਨੇ ਕਿਹਾ ਸੀਗਾ ਵੀ ਤੁਸੀਂ ਨਹੀਂ ਜਾਣਾ ਹੈਗਾ। ਤੇ ਇਹਦੇ ਨਾਲ ਆਪਾਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਸ ਤੋਂ 62 ਸਾਲ ਪਹਿਲਾਂ ਅੰਗਰੇਜ਼ਾਂ ਨੇ ਇਹ ਕਾਂਗਰਸ ਦੀ ਸਥਾਪਨਾ ਕੀਤੀ ਸੀ। 28 ਦਸੰਬਰ 1885 ਨੂੰ ਮੁੰਬਈ ਦੇ ਵਿਚ ਇਸ ਦੀ ਸਥਾਪਨਾ ਹੋਈ ਸੀ। ਇਹਦੇ ਜਿਹੜੇ ਸੰਸਥਾਪਕ ਸੀ ਸਕਾਟਲੈਂਡ ਦੇ ਰਿਟਾਇਰਡ ਅਧਿਕਾਰੀ ਏ.ਕੇ. ਹਿਊਮ ਸੀ ਪਰ ਉਨ੍ਹਾਂ ਨੂੰ ਸੰਸਥਾਪਕ ਵਜੋਂ ਜਿਹੜੀ ਮਾਨਤਾ ਮਿਲੀ ਸੀਗੀ ਉਹ 1912 ਚ ਹੋਈ ਸੀ, ਮਿਲੀ ਸੀ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਸੀ। ਤੇ ਉਦੋਂ ਤੋਂ ਜਿਹੜਾ ਹੈਗਾ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਇਹ ਸਭ ਬਹੁਤ ਪੁਰਾਣੀ ਪਾਰਟੀ ਚੱਲੀ ਆ ਰਹੀ ਹੈ ਤੇ 136 ਸਾਲ ਹੋ ਚੁੱਕੇ ਨੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਪਾਰਟੀ ਜਿਹੜੀ ਕਿ ਜਿਸਦੇ ਕਿ ਬਹੁਤ ਸਾਰੇ ਸਿਧਾਂਤ ਅਜਿਹੇ ਸੀਗੇ ਜਿਹਦੇ ਵਿਚ ਆਪਾਂ ਧਰਮ ਨਿਰਪੱਖ ਦਾ ਸਭ ਤੋਂ ਵੱਡੀ ਆਪਾਂ ਸਿਧਾਂਤ ਕਿਹਾ ਜਾ ਸਕਦਾ ਹੈ ਤੇ ਇਸ ਸਿਧਾਂਤ ਦੇ ਆਧਾਰ ਦੇ ਉੱਤੇ ਹੀ ਇਹ ਪਾਰਟੀ ਨੇ ਲੰਬੇ ਸਮੇਂ ਤੱਕ ਦੇਸ਼ ਦੇ ਉੱਤੇ ਰਾਜ ਕੀਤਾ। ਅਫਸੋਸ ਦੀ ਗੱਲ ਇਹ ਹੈ ਕਿ ਇਸ ਪਾਰਟੀ ਦੇ ਕਮਜ਼ੋਰ ਹੋਣ ਕਰਕੇ ਹੀ ਅੱਜ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿਚ ਕਾਬਜ ਹੈ ਤੇ ਉਸ ਵੱਲੋਂ ਹਿੰਦੂ ਏਜੰਡਾ ਜਿਹੜਾ ਹੈਗਾ ਜਿਹੜਾ ਲਾਗੂ ਕੀਤਾ ਜਾ ਰਿਹਾ। ਕੱਲ ਹੁਣ ਇਹ ਵੀ ਗੱਲ ਸਾਹਮਣੇ ਆ ਗਈ ਹੈ ਕਿ ਸਿਰਫ ਹਿੰਦੂ ਏਜੰਡਾ ਹੀ ਨਹੀਂ ਲਾਗੂ ਕੀਤਾ ਜਾ ਰਿਹਾ ਤੇ ਕਾਰਪੋਰੇਟ ਜਿਹੜਾ ਹੈਗਾ ਘਰਾਣਿਆਂ ਨੂੰ ਵੀ ਪੂਰੀ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਵੀ ਵਪਾਰਕ ਸੋਚ ਨੂੰ ਹੀ ਹੱਦਾਸ਼ੇਰੀ ਦਿੱਤੀ ਜਾ ਰਹੀ ਹੈ ਜਦਕਿ ਜਿਹੜੇ ਦੂਜੇ ਵਰਗ ਨੇ ਜਿਵੇਂ ਕਿ ਕਿਸਾਨੀ ਵਰਗ ਆ ਉਸ ਨੂੰ ਕਮਜ਼ੋਰ ਕੀਤਾ ਜਾ ਰਿਹਾ
ਤੇ ਇਸ ਜਿਹੜੀ ਇਹ ਪਾਰਟੀ ਜਿਹੜਾ ਇਸੇ ਗੱਲ ਕਰਕੇ ਜ਼ਿਆਦਾ ਮਜ਼ਬੂਤ ਹੋਈ ਹੈ ਕਿਉਂਕਿ ਕਾਂਗਰਸ ਕਮਜ਼ੋਰ ਹੋਈ ਹੈ ਤੇ ਪਿਛਲੀਆਂ ਜਿਹੜੀ ਕਾਂਗਰਸ ਹੈ ਜਿਸ ਨੂੰ ਵੀ ਕਿਸੇ ਸਮੇਂ ਬਹੁਤ ਵੱਡਾ ਬਹੁਮਤ ਮਿਲਦਾ ਸੀਗਾ ਪਿਛਲੀ 1919 ਦੀ ਚੋਣਾਂ ਚ ਸਿਰਫ 52 ਸੀਟਾਂ ਹੀ ਮਿਲੀਆਂ ਸੀਗੀਆਂ ਤੇ ਜਦੋਂ ਤੱਕ ਕਾਂਗਰਸ ਦੇ ਜਿਹੜੇ ਹੈਗੇ ਇਹਦੇ ਲੀਡਰ ਜਿੰਮੇਵਾਰੀ ਤੋਂ ਕੰਮ ਨਹੀਂ ਲੈਂਦੇ ਹੈਗੇ ਜਾਂ ਰਾਹੁਲ ਗਾਂਧੀ ਵਰਗੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਚੰਗੀ ਤਰੀਕੇ ਦੇ ਨਾਲ ਜਿੰਮੇਵਾਰੀ ਨਹੀਂ ਸੰਭਾਲੀ ਜਾਂਦੀ ਉਦੋਂ ਤੱਕ ਇਹ ਜਿਹੜੀ ਕਾਂਗਰਸ ਆ ਹੋਰ ਜ਼ਿਆਦਾ ਕਮਜ਼ੋਰ ਹੁੰਦੀ ਜਾਊਗੀ। ਜੀ ਇਹ ਵੀ ਗੱਲ ਸਹੀ ਹੈ ਕਿ ਕਾਂਗਰਸ ਤਾਂ ਹੋਰ ਕਮਜ਼ੋਰ ਹੋਊ, ਪਤਾ ਨੀ ਹੁਣ ਜ਼ੋਰ ਹੀ ਕਮਜ਼ੋਰ ਹੋਣ ਤੇ ਲਾ ਰਿਹਾ। ਉਹ ਕਹਿੰਦਾ ਹੁੰਦਾ ਰੱਬ ਕਿਸੇ ਦੀ ਬੀਵੀ ਨੂੰ ਮੂੰਹ ਜ਼ੋਰ ਨਾ ਕਰੇ ਤੇ ਰੱਬ ਕਿਸੇ ਦੇ ਮੀਏ ਨੂੰ। ਇਹੀ ਗੱਲ ਹੈ ਕਿ ਪਿਛਲੇ ਦਿਨੀ ਤੁਹਾਨੂੰ ਪਤਾ ਹੋਊਗਾ ਕਿ ਜਦੋਂ ਬਿਹਾਰ ਦੀਆਂ ਚੋਣਾਂ ਹੋਈਆਂ ਸੀਗੀਆਂ ਤਾਂ ਚੋਣਾਂ ਤੋਂ ਬਾਅਦ ਜਿਹੜਾ ਹੈਗਾ ਉਦੋਂ ਵੀ ਕਾਂਗਰਸ ਦੇ ਲੀਡਰਾਂ ਨੇ, ਖਾਸ ਤੌਰ ਤੇ 23 ਲੀਡਰਾਂ ਨੇ ਇੱਕ ਚਿੱਠੀ ਲਿਖੀ ਸੀ ਜਿਹੜੀ ਕਾਂਗਰਸ ਹੈ ਇਸ ਨੂੰ ਜਿਹੜਾ ਹੈਗਾ ਮੰਥਨ ਕਰਨ ਦੀ ਲੋੜ ਹੈ, ਇਹਦੇ ਵਿਚ ਮੀਟਿੰਗਾਂ ਹੋਣੀ ਚਾਹੀਦੀਆਂ, ਜਿਹੜਾ ਇਹਦਾ ਆਪਾਂ ਉਸ ਦੇ ਵਿਚ ਇਹ ਨਵੀਆਂ ਰਣਨੀਤੀਆਂ ਬਣਾਉਣੀਆਂ ਚਾਹੀਦੀਆਂ ਨੇ ਤੇ ਸਿਰਫ ਇਹ ਨੀ ਦੇਖਣਾ ਚਾਹੀਦਾ ਕਿ ਜੇਕਰ ਸਾਡੀ ਹਾਰ ਹੋ ਗਈ ਆ ਤੇ ਉਹ ਸਾਡੀ ਹਾਰ ਹੋਣੀ ਸੀ, ਇਹੀ ਸਮਝ ਲੈਣਾ ਬਹੁਤ ਮਾੜੀ ਗੱਲ ਹੈ ਤੇ ਇਸੇ ਇਹੀ ਕਾਰਨ ਹੈ ਕਿ ਬਹੁਤ ਸਾਰੇ ਬਾਕੀ ਲੀਡਰ ਇਸ ਤੋਂ ਬਾਗੀ ਹੋਏ ਸੀਗੇ ਤੇ ਇਸ ਸੰਬੰਧ ਵਿਚ ਜਿਵੇਂ 17 ਦਸੰਬਰ ਨੂੰ ਸੋਨੀਆ ਗਾਂਧੀ ਨੇ ਖਾਸ ਤੌਰ ਤੇ ਜਿਹੜਾ ਹੈਗਾ ਦੁਬਾਰਾ ਮੀਟਿੰਗਾਂ ਕੀਤੀਆਂ ਸੀਗੀਆਂ ਜਿਨ੍ਹਾਂ ਵਿਚ ਜਿਹੜੇ ਬਾਗੀ ਲੀਡਰ ਸੀਗੇ ਉਨ੍ਹਾਂ ਵਿਚੋਂ ਗੁਲਾਮ ਨਬੀ ਆਜ਼ਾਦ ਹੋ ਗਿਆ, ਕਪਿਲ ਸਿੱਬਲ ਹੋ ਗਿਆ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਸੀਗੀ। ਉਹਦੇ ਵਿਚ ਮੁਲਾਕਾਤ ਕਰਾਉਣ ਦੇ ਵਿਚ ਪ੍ਰਿਯੰਕਾ ਗਾਂਧੀ ਦੀ ਅਹਿਮ ਭੂਮਿਕਾ ਰਹੀ ਸੀਗੀ ਤੇ ਚੰਗੀ ਗੱਲ ਹੈ ਕਿ ਜੇਕਰ ਇਹ ਪਾਰਟੀ ਇਸ ਤਰੀਕੇ ਨਾਲ ਮੰਥਨ ਕਰਦੀ ਹੈ ਤੇ ਮੰਥਨ ਕਰਕੇ ਆਪਣੀ ਜਿਹੜਾ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਂਦੀ ਹੈ ਤਾਂ ਇਹ ਚੰਗੀ ਗੱਲ ਹੈ। ਇਹ ਜ਼ਰੂਰੀ ਨਹੀਂ ਹੈਗਾ ਕਿ ਇਸ ਦੀ ਵਾਗਡੋਰ ਸਿਰਫ ਗਾਂਧੀ ਪਰਿਵਾਰ ਕੋਲ ਹੋਣੀ ਚਾਹੀਦੀ ਆ, ਹੋਰ ਵੀ ਬਹੁਤ ਸਾਰੇ ਸੀਨੀਅਰ ਲੀਡਰ ਨੇ ਉਹ ਜਿਹੜਾ ਹੈਗੇ ਇਸ ਦੀ ਵਾਗਡੋਰ ਸਾਂਭਣ ਦੇ ਵਾਸਤੇ ਸਮਰੱਥ ਨੇ। ਜੇਕਰ ਉਨ੍ਹਾਂ ਦੇ ਹੱਥਾਂ ਵਿਚ ਇਹ ਆਪਣੀ ਵਾਗਡੋਰ ਆਉਂਦੀ ਹੈ ਤਾਂ ਪਾਰਟੀ ਅੱਗੇ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾ ਸਕਦੀ ਹੈ। ਜੀ ਹੁਣ ਦੱਸੋ ਜੀ ਆਹ ਪਵਾਰ ਹੋਰਾਂ ਨੂੰ ਮਿਲ ਸਕਦੀ ਹੈ ਜੀ ਯੂਪੀਏ ਦੀ ਕਮਾਨ? ਹਾਂ ਮਿਲਦੀ ਹੈ ਨਹੀਂ ਮਿਲਦੀ ਇਹ ਤਾਂ ਬਾਤ ਹੀ ਕਰਦਾ ਹੈ, ਪਰ ਇਹ ਹੈ ਕਿ ਯੂਪੀਏ ਦੇ ਜਿਹੜੇ ਹੋਰ ਵੀ ਆਪਾਂ ਹਿੱਸੇਦਾਰ ਪਾਰਟੀਆਂ ਨੇ ਉਨ੍ਹਾਂ ਵੱਲੋਂ ਇਹ ਮੰਗ ਕੀਤੀ ਜਾਣ ਲੱਗ ਪਈ ਹੈ ਕਿ ਜਿਹੜੀ ਇਸ ਦੀ ਵਾਗਡੋਰ ਹੈ ਹੁਣ ਕਾਂਗਰਸ ਦੇ ਹੱਥ, ਖਾਸ ਤੌਰ ਤੇ ਸੋਨੀਆ ਗਾਂਧੀ ਦੇ ਹੱਥ ਵਿਚ ਨਹੀਂ ਦੇਣੀ ਚਾਹੀਦੀ ਤੇ ਕਿਸੇ ਹੋਰ ਪਾਰਟੀ ਦੀ, ਖਾਸ ਤੌਰ ਤੇ ਸ਼ਰਦ ਪਵਾਰ ਦੇ ਹਵਾਲੇ ਕੀਤੀ ਜਾਣੀ ਚਾਹੀਦੀ ਹੈ ਤੇ ਇਸ ਸੰਬੰਧ ਵਿਚ ਜਿਹੜਾ ਹੈਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਸ਼ਿਵ ਸੈਨਾ ਉਸ ਨੂੰ ਖਾਸ ਤੌਰ ਤੇ ਵਿਰੋਧ ਕੀਤਾ ਜਾ ਰਿਹਾ। ਵਿਰੋਧ ਦੇ ਵਿਚ ਇਹ ਹੈ ਕਿ ਉਸਦਾ ਦਾ ਜਿਹੜਾ ਇਕ ਅਖਬਾਰ ਹੈ ਸਾਹਮਣਾ ਉਹਦੇ ਵਿਚ 2 ਵਾਰੀ ਐਡੀਟੋਰੀਅਲ ਵੀ ਲਿਖਿਆ ਗਿਆ ਜਿਹਦੇ ਵਿਚ ਇਹ ਗੱਲ ਕਹੀ ਗਈ ਹੈ ਕਿ ਸੋਨੀਆ ਗਾਂਧੀ ਹੁਣ ਯੂਪੀਏ ਦੀ ਅਗਵਾਈ ਕਰਨ ਦੇ ਵਿਚ ਸਮਰੱਥ ਨਹੀਂ ਹੈਗੀ ਤੇ ਸ਼ਰਦ ਪਵਾਰ ਨੂੰ ਇਸ ਇਹ ਵਾਲੀ ਜਿੰਮੇਵਾਰੀ ਦੇਣੀ ਚਾਹੀਦੀ ਹੈ ਤੇ ਇਸ ਸੰਬੰਧ ਵਿਚ ਸ਼ਰਦ ਪਵਾਰ ਨੇ ਇਕ ਮਰਾਠੀ ਚੈਨਲ ਨੂੰ ਇਹ ਗੱਲ ਕਹੀ ਹੈ ਕਿ ਮੇਰੀ ਇੱਛਾ ਨਹੀਂ ਹੈ ਕਿ ਉਹ ਜਿਹੜਾ ਹੈਗਾ ਯੂਪੀਏ ਦਾ ਚੇਅਰਮੈਨ ਬਣਦੀ, ਪਰ ਇਹ ਹੈ ਕਿ ਜਿਹੜਾ ਸ਼ਰਦ ਪਵਾਰ ਹੈ ਇਕ ਬੜਾ ਸਮਰੱਥ ਲੀਡਰ ਹੈ, ਆਪਾਂ ਕਹਿ ਸਕਦੇ ਹਾਂ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਕੋਈ ਅਜਿਹੀ ਪਾਰਟੀ ਨਹੀਂ ਜਿਹਦੇ ਵਿਚ ਜਿਹੜੇ ਉਹਨਾਂ ਪਾਰਟੀਆਂ ਦੇ ਲੀਡਰ ਸ਼ਰਦ ਪਵਾਰ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਨੇ ਤੇ ਇਸ ਤੋਂ ਇਲਾਵਾ ਉਨ੍ਹਾਂ ਨੂੰ ਬਾਕੀ ਪਾਰਟੀਆਂ ਨੂੰ ਜਿਹੜਾ ਹੈਗਾ ਇਕਜੁੱਟ ਕਰਨ ਦੀ ਵੀ ਉਨ੍ਹਾਂ ਵਿਚ ਸਮਰੱਥਾ ਹੈ। ਇਸ ਸਮਰੱਥਾ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਪਿਛਲੇ ਸਮੇਂ ਦੌਰਾਨ ਜਦੋਂ ਮਹਾਰਾਸ਼ਟਰ ਦੇ ਵਿਚ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਵਿਚ ਜਿਹੜੇ ਦਰਾੜ ਪਈ ਸੀਗੀ, ਦਰਾੜ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਇਕ ਮੌਕੇ ਫਾਇਦਾ ਉਠਾਉਂਦੇ ਹੋਏ ਆਪਣੀ ਸਰਕਾਰ ਬਣਾਉਣੀ ਚਾਹੀਦੀ, ਪਰ ਜਿਹੜਾ ਸ਼ਰਦ ਪਵਾਰ ਨੇ ਉਹ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਨਹੀਂ ਬਣਾਉਣ ਦਿੱਤੀ ਸੀ ਤੇ ਕਾਂਗਰਸ ਤੇ ਸ਼ਿਵ ਸੈਨਾ ਜਿਨ੍ਹਾਂ ਦੇ ਵਿਚ ਆਪਾਂ ਕਹਿ ਸਕਦੇ ਹਾਂ ਸਿਧਾਂਤਕ ਮਤਭੇਦ ਬਹੁਤ ਜ਼ਿਆਦਾ ਨੇ, ਇਸ ਦੇ ਬਾਵਜੂਦ ਵੀ ਦੋਨਾਂ ਪਾਰਟੀਆਂ ਨੂੰ ਇਕੱਠਾ ਕਰਕੇ ਇੱਥੇ ਜਿਹੜੀ ਹੈ ਮਹਾਰਾਸ਼ਟਰ ਵਿਚ ਇਕ ਸਾਂਝੀ ਸਰਕਾਰ ਬਣਾ ਰਹੀ ਹੈ। ਇਹੀ ਕਾਰਨ ਹੈ
ਤੇ ਹੁਣ ਅਸੀਂ ਦੇਖਦੇ ਆ ਰਹੇ ਹਾਂ ਕਿ ਸ਼ਿਵ ਸੈਨਾ ਆਪਣੇ ਆਪ ਦੇ ਵਿਚ ਹੁਣ ਕਾਫ਼ੀ ਮਜ਼ਬੂਤ ਸਮਝਦੀ ਹੈ ਤੇ ਵਾਰ ਵਾਰ ਜਿਹੜੀ ਹੈਗੀ ਆ ਭਾਰਤੀ ਜਨਤਾ ਪਾਰਟੀ ਉੱਤੇ ਹਮਲੇ ਵੀ ਕਰਦੀ ਆ ਰਹੀ ਹੈ ਤੇ ਇਸ ਆਪਾਂ ਕਹਿ ਸਕਦੇ ਹਾਂ ਕਿ ਜੇਕਰ ਸ਼ਰਦ ਪਵਾਰ ਨੂੰ UPA ਦੀ ਅਗਵਾਈ ਸੌਂਪ ਦਿੱਤੀ ਹੈ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿਚ ਇਹ ਜਿਹੜਾ ਹੈਗਾ ਗਠਜੋੜ ਹੋਰ ਜ਼ਿਆਦਾ ਮਜ਼ਬੂਤ ਹੋਵੇ ਤੇ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਚੁਣੌਤੀ ਵੀ ਦੇ ਸਕਦਾ ਹੈ ਜੀ ਤੇ ਜੀ ਕੋਵਿਡ 19 ਦੇ ਕੇਸ ਹੁਣ ਅਜੇ ਵੀ ਆ ਰਹੇ ਹੈ ਸਿੱਧੂ ਸਾਹਿਬ ਕੇਸ ਤਾਂ ਆ ਰਹੇ ਨੇ ਪਰ ਇਹਦੇ ਨਾਲ ਨਾਲ ਚੰਗੀ ਗੱਲ ਇਹ ਹੈ ਕਿ ਕੇਸ ਜਿਹੜੇ ਆ ਰਹੇ ਨੇ ਲਗਾਤਾਰ ਘਟਦੇ ਜਾ ਰਹੇ ਨੇ ਤੇ ਵੀ ਜਿਹੜੇ ਹੁਣ ਪੂਰੇ ਹਿੰਦੁਸਤਾਨ ਦੇ ਜਿਵੇਂ ਜਿਹੜੀ ਜਿਸਦੀ ਆਬਾਦੀ ਤਕਰੀਬਨ 135 ਕਰੋੜ ਹੈ ਉਸ ਮੁਲਕ ਦੇ ਵਿਚ ਜੇਕਰ ਇਕ ਦਿਨ ਦੇ ਵਿਚ 20,000 ਮਰੀਜ਼ ਵੀ ਆਉਂਦੇ ਆ ਤਾਂ ਬਹੁਤ ਆਪਾਂ ਆਪਣੇ ਆਪ ਦੇ ਵਿਚ ਕਹਿ ਸਕਦੇ ਹਾਂ ਮਤਲਬ ਆਪਾਂ ਵੀ ਇਹ ਕਾਫ਼ੀ ਘੱਟ ਨੇ ਕਿਉਂਕਿ ਜਦਕਿ ਛੋਟੇ ਛੋਟੇ ਮੁਲਕ ਨੇ ਉਥੇ ਬਹੁਤ ਜ਼ਿਆਦਾ ਮਰੀਜ਼ ਆ ਰਹੇ ਨੇ ਤੇ ਇਹਦੇ ਨਾਲ ਨਾਲ ਸਾਡੇ ਜਿਹੜੇ ਐਕਟਿਵ ਮਰੀਜ਼ ਨੇ ਉਹ ਵੀ ਹੁਣ ਤਕਰੀਬਨ 2.5 ਲੱਖ ਦੇ ਕਰੀਬ ਰਹਿ ਚੁੱਕੇ ਨੇ ਤੇ ਇੱਥੇ ਰਿਕਵਰੀ ਰੇਟ ਇਸ ਸਮੇਂ 97.82 ਹੋ ਚੁੱਕਾ ਹੈ ਤੇ ਮੌਤਾਂ ਦੀ ਗਿਣਤੀ ਵੀ ਹੁਣ ਲਗਾਤਾਰ ਘਟਦੀ ਆ ਰਹੀ ਹੈ ਕਿਸੇ ਸਮੇਂ ਹਜ਼ਾਰ ਤੱਕ ਵੀ ਚਲੀ ਜਾਂਦੀ ਸੀਗੀ ਤੇ ਅੱਜ ਜਿਹੜੀ ਹੈਗੀ ਆ 270 ਹੀ ਆਈ ਹੈ ਤੇ ਇਸ ਤੋਂ ਅਜਿਹਾ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਭਾਰਤ ਦੇ ਵਿਚ ਜਿਹੜਾ ਇਹ ਕੋਰੋਨਾ ਆਪਣੇ ਆਪ ਹੀ ਗਾਇਬ ਹੋ ਸਕਦਾ ਤੇ ਸਾਨੂੰ ਹੋ ਸਕਦਾ ਕਿ ਵੈਕਸੀਨ ਦੀ ਵੀ ਲੋੜ ਨਾ ਪਏ ਪਰ ਫੇਰ ਵੀ ਮਾਹਿਰ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਦੂਜੇ ਮੁਲਕਾਂ ਦੇ ਵਿਚ ਦੂਜੀ ਜਾਂ ਤੀਜੀ ਲਹਿਰ ਆਈ ਹੈ ਉਸ ਸਭ ਨੂੰ ਦੇਖਦੇ ਹੋਏ ਸਾਨੂੰ ਸਾਵਧਾਨ ਹਲੇ ਵੀ ਰਹਿਣ ਦੀ ਲੋੜ ਹੈ ਤੇ ਉਹਦਾ ਕਾਰਨ ਇਹੀ ਹੈ ਕਿ ਜਿਵੇਂ ਇੰਗਲੈਂਡ ਦੇ ਵਿਚ ਦੁਬਾਰਾ ਕੋਵਿਡ ਆਇਆ ਤੇ ਉਥੇ ਤਾਂ ਦੁਬਾਰਾ ਲਾਕਡਾਊਨ ਵੀ ਲਾਇਆ ਗਿਆ ਤੇ ਇਸ ਤੋਂ ਇਲਾਵਾ ਉਥੇ ਜਿਹੜਾ ਕੋਰੋਨਾ ਦੇ ਵਾਇਰਸ ਦੀ ਕਿਸਮ ਵੀ ਦੂਜੀ ਆ ਚੁੱਕੀ ਜਿਹੜੇ ਕਿ ਦੱਸਿਆ ਜਾਂਦਾ ਕਿ ਕਾਫ਼ੀ ਭਿਆਨਕ ਤੇ ਮਾਰੂ ਹੈ ਤੇ ਉਸ ਇਸੇ ਗੱਲ ਕਰਕੇ ਜਿਹੜਾ ਬਰਤਾਨੀਆ ਦੇ ਵਿਚ ਆਪਾਂ ਕਹਿ ਸਕਦੇ ਹਾਂ ਹਵਾਈ ਸੇਵਾਵਾਂ ਵੀ ਬੰਦ ਕਰ ਦਿੱਤੀ ਗਈ ਹੈ ਉਹ ਸਭ ਨੂੰ ਦੇਖਦੇ ਹੋਏ ਭਾਰਤ ਦੇ ਲੋਕਾਂ ਨੂੰ ਹਲੇ ਵੀ ਸੁਚੇਤ ਰਹਿਣ ਦੀ ਲੋੜ ਹੈ ਕੋਰੋਨਾ ਹਲੇ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈਗਾ ਇਸ ਸਬੰਧ ਵਿਚ ਵਾਰੀ ਵਾਰੀ ਜਿਹੜੇ ਹੈਲਥ ਮਾਹਿਰ ਨੇ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਬੇਸ਼ੱਕ ਸਾਡੇ ਮਰੀਜ਼ ਵੀ ਘਟ ਰਹੇ ਨੇ ਮੌਤਾਂ ਦੀ ਗਿਣਤੀ ਵੀ ਘਟ ਰਹੀ ਹੈ ਪਰ ਸਾਨੂੰ ਸਾਵਧਾਨ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਆਪਾਂ ਹਰ ਰੋਜ਼ ਜਿਹੜੀ ਗੱਲਬਾਤ ਕਰਦੇ ਹੁੰਦੇ ਹਾਂ ਅੰਕੜੇ ਆਪਣੇ ਸਰੋਤਿਆਂ ਨਾਲ ਸਾਂਝੇ ਕਰਦੇ ਹਾਂ ਉਸ ਮੁਤਾਬਕ ਇਸ ਸਮੇਂ ਪੂਰੀ ਦੁਨੀਆਂ ਦੇ ਵਿਚ 8,12,73,202 ਮਰੀਜ਼ ਨੇ ਮੌਤਾਂ ਜਿਹੜੀਆਂ ਹੈਗੀਆਂ 17,74,503 ਹੋ ਚੁੱਕੀਆਂ ਨੇ USA ਜਿਹੜਾ ਅਮਰੀਕਾ ਹੈ ਉਸ ਦੀ ਹਾਲਤ ਉਸੇ ਤਰ੍ਹਾਂ ਜਿਉ ਦੀ ਤਿਉਂ ਕਾਇਮ ਹੈ ਤੇ ਉਥੇ ਜੋ ਮਰੀਜ਼ ਨੇ ਉਥੇ 1,95,80,713 ਮਰੀਜ਼ ਆ ਚੁੱਕੇ ਨੇ ਤੇ ਜਿਸ ਤਰੀਕੇ ਨਾਲ ਉਥੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਉਸ ਨੂੰ ਦੇਖਦੇ ਹੋਏ ਅਜਿਹਾ ਲੱਗ ਰਿਹਾ ਕਿ ਕੁਝ ਹੀ ਦਿਨਾਂ ਦੇ ਵਿਚ ਉਥੇ 2 ਕਰੋੜ ਮਰੀਜ਼ ਹੋ ਸਕਦੇ ਆ ਮੌਤਾਂ ਦੀ ਗਿਣਤੀ ਉਥੇ 3,41,196 ਹੋ ਚੁੱਕੀ ਹੈ ਉਥੇ ਐਕਟਿਵ ਮਰੀਜ਼ ਵੀ ਹਾਲੇ 70,41,700 ਨੇ ਭਾਰਤ ਦੇ ਵਿਚ ਇਸ ਸਮੇਂ 1,22,656 ਮਰੀਜ਼ ਸੀ ਕੁੱਲ ਇਹਦਾ ਮਤਲਬ ਇਹ ਨਹੀਂ ਹੈ ਕਿ ਇੰਨੇ ਮਰੀਜ਼ ਨੇ ਮਰੀਜ਼ ਤਾਂ ਸਿਰਫ ਇਸ ਸਮੇਂ ਭਾਰਤ ਦੇ ਵਿਚ 2.5 ਲੱਖ ਦੇ ਕਰੀਬ ਨੇ ਤੇ ਇੱਥੇ ਮੌਤਾਂ ਜਿਹੜੀਆਂ ਹੁਣ ਤੱਕ ਜਿਹੜੀ ਹੈਗੀਆਂ 1,48,140 ਹੋ ਚੁੱਕੇ ਨੇ ਜਿਹੜੇ ਐਕਟਿਵ ਮਰੀਜ਼ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ 2,71,136 ਨੇ ਬ੍ਰਾਜ਼ੀਲ ਜਿਹੜਾ ਹੈਗਾ ਉਥੇ 74,84,285 ਮਰੀਜ਼ ਨੇ ਮੌਤਾਂ ਉਥੇ 1,91,146 ਹੋ ਚੁੱਕੀਆਂ ਨੇ ਉਥੇ ਵੀ ਐਕਟਿਵ ਮਰੀਜ਼ ਇਸ ਸਮੇਂ 7,77,779 ਨੇ ਤੇ UK ਜਿਹੜਾ ਮੈਂ ਪਹਿਲਾਂ ਗੱਲ ਕਰ ਚੁੱਕਿਆ ਕਿ UK ਦੇ ਵਿਚ ਵੀ ਇਸ ਸਮੇਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਉਥੇ 77,752 ਮੌਤਾਂ ਹੋ ਚੁੱਕੀਆਂ ਨੇ ਫਰਾਂਸ ਦੇ ਵਿਚ 62,746 ਮੌਤਾਂ ਹੋ ਚੁੱਕੀਆਂ ਨੇ ਤੇ ਇਹਨਾਂ ਜਿਹੜੇ ਯੂਰਪੀ ਮੁਲਕ ਨੇ ਉਨ੍ਹਾਂ ਵਿਚ ਆਪਾਂ ਕਹਿ ਸਕਦੇ ਹਾਂ ਕੋਰੋਨਾ ਹਾਲੇ ਵੀ
काफी ज्यादा तेजी नाल वध रहा है। इस गल करके उत्थे दीआं सरकारां भी काफी ज्यादा गंभीर हो चुकिया ने, तां ही उन्हां ने एमरजेंसी अपरूवल भी दे दित्ती है, खास तौर ते डाक्टर जां अपना जिहड़े ज्यादा गंभीर मरीज ने उन्हां दे हुण जिहड़ी इह वैक्सीन लगनी शुरू हो चुकी है। आने वाले समय दे विच असीं कह सकते हैं कि हो सकदा आने वाले दिनां विच जिहड़े यूरोप दे विच इहदी जिहड़ा आ मार घट जावे ते उत्थे भी हालात आम वर्गे हो जाण। जी ते चार सूबयां दे विच शुरू हो गई जी कोविड 19 दी ड्राई रन वैक्सीन दा। इस तों इह जिहड़ी ड्राई रन है उहदे विच पंजाब दे भी दो सूबे लै गए ने, इह जिहड़े चार सूबे ने चार सूबे हैगे आ उन्हां विचों इक तां लुधियाणा ते दूजा जिहड़ा हैगा अपना भगत सिंह नगर, उत्थे दो सूबे सॉरी दो जिलों के विच इह ड्राई रन शुरू हो चुकी है। ते पंजाब असाम आंध्रा प्रदेश ते जिहड़ा है गुजरात उहदे विच इह इक तरह दी रिहर्सल है। इस रिहर्सल के खास तौर से जो डाक्टरी कामे ने उन्होंने दसिया जा रहा है कि इस वैक्सीन नू किस तरीके लाना, किस तरीके प्रिजर्व रखना, किवें यह होर थावां ते लैके जानी है, भावें कि जिहड़े हैगे इस गल करके भी यह सिखलाई दिती जा रही है क्योंकि अजिहा संकट पहला कदे नहीं आएगा। बहुत आपां कह सकदे साल पहला दी गल है जदों 1913 इस तरह की महामारी आई सी। इस गल करके जिहड़ा हैगा इस 100 साल हो चुके लगभग, जिहड़ा हैगा अजिही महामारी का किसी भी देश ने दोबारा हुण सामना नहीं किया सीगा। इस संबंध विच जिहड़ा हैगा इस तों बाद जिहड़ा हैगा खास तौर ते जिवें दस्सिया जा रहा है कि कोविशील्ड नूं छेती अपरूवल दित्ती जा रही है ते 4 तों 5 करोड़ डोज उन्हां ने तैयार रख ली है। ओदे नाल इह है कि खास तौर ते सब तों पहला जिवें डाक्टरी आंदा है उन्हां दे इह दवाई लगाई जाऊगी, दे नाल नाल जिहड़े हैगे खास तौर ते जिहड़े 50 साल तों उपर वाले मरीज ने जिन्हां नूं खास तौर ते इन्फेक्शन हुई है जां कोई होर बीमारियां ने उन्हां दे भी इह डोज लगाई जा सकदी है। पर भारत सरकार ने इह भी स्पष्ट कर दिता है कि उह जिहड़े इंजैक्शन तां इह लगाए जाणगे पर इह नहीं हैगा कि इह हर वास्ते कंपलसरी होवे, जरूरी होगे, यह नहीं होगा। जिहड़ा वलंटरली लगाना चाहूगा उस ही लगाया जाऊगा। ते इहदे नाल नाल सानू हरेक व्यक्ति नू अपना जिहड़ा कि आइडेंटिटी कार्ड लैके जाना पवेगा, चाहे आधार कार्ड होगा जां होर कोई जिहड़ी भी आपां आइडेंटिफिकेशन दे सकदे आ उह दे के थोड़ा जिहड़ा मोबाइल है उह रजिस्टर कीता जाऊगा। उस तों बाद उस दे मैसेज आऊगा, उस मैसेज तों बाद आप दे इंजैक्शन लगाया जाऊगा ਤਾਂ ਜੋ ਤੁਹਾਡੀ ਨਿਗਰਾਨੀ ਹੋ ਸਕੇ, ਤੁਹਾਡੇ ਕੋਈ ਰਿਐਕਸ਼ਨ ਤਾਂ ਨਹੀਂ ਹੋ ਰਿਹਾ ਹੈਗਾ। ਤੇ ਆਉਣ ਵਾਲੇ ਸਮੇਂ ਦੇ ਵਿਚ ਆਪਾਂ ਕਹਿ ਸਕਦਾ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿਚ ਇਹ ਕੋਵਿਡ ਦਾ ਇੰਜੈਕਸ਼ਨ ਆਮ ਲੋਕਾਂ ਦੇ ਵੀ ਲੱਗਣਾ ਸ਼ੁਰੂ ਹੋ ਜਾਊਗਾ। ਜੀ ਤੇ ਥੈਲੇਸੀਮੀਆ ਦਾ ਪੀੜਤ ਬੱਚਿਆਂ ਦਾ ਜਿਹੜਾ ਮਾਮਲਾ ਸੀਗਾ ਹੁਣ ਉਹਦਾ ਪੰਜਾਬ ਦੀਆਂ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਨੋਟਿਸ ਲੈ ਲਿਆ ਜੀ। ਇਹ ਅਸਲ ਦੇ ਵਿਚ ਆਪ ਨੂੰ ਪਤਾ ਹੀ ਹੈ ਕਿ ਬਠਿੰਡੇ ਦੇ ਵਿਚ ਪਿਛਲੇ ਦਿਨੀ ਜਿਸ ਤਰੀਕੇ ਨਾਲ ਬੱਚਿਆਂ ਦੇ ਜਿਹੜਾ ਦੂਸ਼ਿਤ ਖੂਨ ਲਗਾ ਦਿੱਤਾ ਗਿਆ ਸੀਗਾ ਤੇ ਉਹਦੇ ਨਾਲ ਕਾਫੀ ਹਾਲਤ ਗੰਭੀਰ ਹੋ ਚੁੱਕਿਆ ਸੀਗਾ। ਉੱਥੇ ਹੀ ਕੋਈ ਪਹਿਲੀ ਘਟਨਾ ਸੀ, ਘਟਨਾ ਨਹੀਂ ਸੀਗੀ, ਕਈ ਘਟਨਾਵਾਂ ਉੱਥੇ ਵਾਪਰ ਹੋ ਚੁੱਕੀਆਂ ਨੇ ਜਿਹਦੇ ਵਿਚ ਐਚ ਆਈ ਵੀ ਪਾਜ਼ੇਟਿਵ ਖੂਨ ਲਗਾਇਆ ਗਿਆ ਸੀਗਾ। ਇਸ ਸਬੰਧ ਵਿਚ ਜਿਹੜੀ ਕਾਨੂੰਨੀ ਸੇਵਾਵਾਂ ਅਥਾਰਟੀ ਆ ਉਹਨੇ ਇਸਦਾ ਗੰਭੀਰ ਨੋਟਿਸ ਲਿਆ ਤੇ ਇਸ ਸਬੰਧ ਵਿਚ ਉਨ੍ਹਾਂ ਨੇ ਇਹ ਦਸਿਆ ਗਿਆ ਕਿ ਇਸ ਸਬੰਧ ਵਿਚ ਉਹ ਕੇਸ ਦਰਜ ਵੀ ਕਰਨ ਜਾ ਰਹੇ ਆ ਤੇ ਜਿਹੜੇ ਬੱਚਿਆਂ ਨੂੰ ਇਹ ਜਿਹੜਾ ਪਾਜ਼ੇਟਿਵ ਖੂਨ ਲੱਗਿਆ ਤਾਂ ਜੋ ਉਨ੍ਹਾਂ ਨੂੰ ਆਰਥਿਕ ਸਹਾਇਤਾ ਵੀ ਮਿਲ ਸਕੇ ਤੇ ਜਿਹੜੇ ਲੋਕ ਇਸ ਗੱਲ ਦੇ ਦੋਸ਼ੀ ਨੇ ਉਨ੍ਹਾਂ ਦੇ ਖਿਲਾਫ਼ ਜਿਹੜੀ ਹੈ ਸਖ਼ਤ ਉਨ੍ਹਾਂ ਨੂੰ ਸਜ਼ਾਵਾਂ ਵੀ ਮਿਲ ਸਕਣ। ਇਸ ਗੱਲ ਕਰਕੇ ਇਹ ਆਪਣੇ ਆਪ ਦੇ ਵਿਚ ਇਹ ਚੰਗੀ ਗੱਲ ਵੀ ਕਹੀ ਜਾ ਸਕਦੀ ਹੈ ਕਿਉਂਕਿ ਜਿਹੜੇ ਲੋਕ ਲਾਪਰਵਾਹੀ ਵਰਤਦੇ ਨੇ ਉਨ੍ਹਾਂ ਦੇ ਖਿਲਾਫ਼ ਅਜਿਹੀ ਕਾਰਵਾਈ ਹੋਣੀ ਹੀ ਚਾਹੀਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਥੈਲਸੀਮੀਆ ਦੇ ਮਰੀਜ਼ ਹੁੰਦੇ ਨੇ ਉਨ੍ਹਾਂ ਦੀ ਇਮਿਊਨਿਟੀ ਤਾਂ ਪਹਿਲਾਂ ਹੀ ਬਹੁਤ ਹੀ ਕਮਜ਼ੋਰ ਹੁੰਦੀ ਹੈ ਤੇ ਜੇਕਰ ਉਨ੍ਹਾਂ ਨੂੰ ਐਚ ਆਈ ਵੀ ਪਾਜ਼ੇਟਿਵ ਵਰਗੇ ਖੂਨ ਚੜ ਜਾਂਦਾ ਤੇ ਉਹਦੇ ਨਾਲ ਕੀ ਹੈ ਉਹ ਹੋਰ ਵੀ ਜ਼ਿਆਦਾ ਜਿਹੜੇ ਗਿਆ ਉਨ੍ਹਾਂ ਦੀ ਜ਼ਿੰਦਗੀ ਘੱਟ ਜਾਂਦੀ ਹੈ ਤੇ ਇਹ ਆਪਣੇ ਆਪ ਦੇ ਵਿਚ ਉਨ੍ਹਾਂ ਦੇ ਨਾਲ ਖਿਲਵਾੜ ਸੀਗਾ। ਇਸ ਗੱਲ ਕਰਕੇ ਇਨ੍ਹਾਂ ਜਿਹੜੇ
ਦੋਸ਼ੀ ਵਿਅਕਤੀ ਨੇ ਉਨ੍ਹਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਹੀ ਚਾਹੀਦੀ ਹੈ ਜੀ। ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਵਾਂ ਹੀ ਵਿਵਾਦ ਸਹੇੜ ਲਿਆ ਜੀ। ਦੇਖੋ ਨਵਜੋਤ ਸਿੰਘ ਸਿੱਧੂ ਇਕ ਅਜਿਹੀ ਸ਼ਖਸੀਅਤ ਹੈ ਉਨ੍ਹਾਂ ਦੇ ਨਾਲ ਵਿਵਾਦ ਆਲੇ ਦੁਆਲੇ ਘੁੰਮਦੇ ਹੀ ਰਹਿੰਦੇ ਨੇ, ਜੇ ਬੋਲਦੇ ਨੇ ਤਾਂ ਵੀ ਵਿਵਾਦ, ਨਹੀਂ ਬੋਲਦੇ ਤਾਂ ਵੀ ਵਿਵਾਦ। ਪਰ ਹੁਣ ਪਿਛਲੇ ਦਿਨਾਂ ਤੋਂ ਆਪਾਂ ਦੇਖ ਰਹੇ ਹਾਂ ਕਿ ਕੁਝ ਐਕਟਿਵ ਹੋਏ ਨੇ, ਖਾਸ ਤੌਰ ਤੇ ਕਿਸਾਨਾਂ ਦੇ ਹੱਕ ਦੇ ਵਿਚ ਹੀ, ਤੇ ਪਰ ਫਿਰ ਵੀ ਇਹ ਹੈ ਕਿ ਇਸ ਸੰਬੰਧ ਵਿਚ ਉਨ੍ਹਾਂ ਨੂੰ ਖਾਸ ਤੌਰ ਤੇ ਸਾਵਧਾਨ ਹੋਣਾ ਹੀ ਚਾਹੀਦਾ ਸੀਗਾ। ਤੇ ਪਿਛਲੇ ਜਿਹੜਾ ਉਨ੍ਹਾਂ ਨੇ ਵਿਵਾਦ ਇਸ ਗੱਲ ਕਰਕੇ ਖੜਾ ਹੋਇਆ ਹੈ ਕਿ ਉਨ੍ਹਾਂ ਦੀ ਜਿਹੜਾ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਹਮਣੇ ਆਈਆਂ ਨੇ, ਤੇ ਆਮ ਜਿਹੜਾ ਹੈਗਾ ਆਪਾਂ ਮੇਨਸਟ੍ਰੀਮ ਮੀਡੀਆ ਉਹਦੇ ਵਿਚ ਵੀ ਉਹ ਤਸਵੀਰਾਂ ਸਾਹਮਣੇ ਆਈਆਂ। ਉਸਨੇ ਇਕ ਸ਼ਾਲ ਦਿੱਤਾ ਹੋਇਆ, ਸ਼ਾਲ ਦੇ ਉੱਤੇ ਖੰਡਾ ਸਾਹਿਬ ਲਾਇਆ, ਇਕ ਓਂਕਾਰ ਇਸ ਤਰੀਕੇ ਦਾ ਸ਼ਾਲ ਲਿਆ ਹੋਇਆ। ਇਸ ਗੱਲ ਦੇ ਉੱਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਇਤਰਾਜ਼ ਪ੍ਰਗਟ ਕੀਤਾ। ਇਹ ਇਤਰਾਜ਼ ਆਪਣੇ ਆਪ ਦੇ ਵਿਚ ਸਹੀ ਵੀ ਹੈ। ਇਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਅਜਿਹਾ ਸ਼ਾਲ ਦਿੰਦੇ ਹੋ ਤਾਂ ਉਹ ਕਈ ਥਾਵਾਂ ਦੇ ਉੱਤੇ ਗੰਦ ਮੰਦ ਦੇ ਵਿਚ ਵੀ ਲੱਗ ਜਾਂਦਾ। ਉਹਦਾ ਕਾਰਨ ਭਾਵੇਂ ਕਿ ਸਿੱਧੂ ਇਕ ਵੱਡਾ ਲੀਡਰ ਹੈ, ਪਰ ਫਿਰ ਵੀ ਇਸ ਤਰੀਕੇ ਦੇ ਮੈਨੂੰ ਲੱਗਦਾ ਨਾ ਜੀ ਇੱਥੇ ਵੀ ਇਹ ਗਲਤ ਆ। ਹੁਣ ਟਰੱਕ ਟਰਾਲੀਆਂ ਦੇ ਉੱਤੇ ਵੀ ਤਾਂ ਲੋਕ ਖੰਡੇ ਛਪਾਈ ਫਿਰਦੇ ਆ, ਤੇ ਅਸੀਂ ਉਹਦੇ ਨਾਲ ਵੀ ਤਾਂ ਗੋਹਾ ਤੱਕ ਵੀ ਢੋਈ ਜਾਂਦੇ ਹਾਂ ਹੁਣ, ਹਨਾ, ਜਾਂ ਖਾਦ ਪਾਈ ਜਾਂਦੇ ਹੁੰਦੇ ਆ ਖੇਤਾਂ ਦੇ ਵਿਚ। ਸ਼ਾਇਦ ਇਹ ਤਾਂ ਫਿਰ ਵੀ ਸੰਭਾਲ ਕੇ ਰੱਖਿਆ ਜਾ ਸਕਦਾ ਹੋਵੇ, ਹੈ ਤਾਂ ਮੈਨੂੰ ਲੱਗਦਾ ਬੇਲੋੜਾ ਜਾਂ ਵਿਵਾਦ ਆ। ਹਾਂ, ਸਿੱਧੂ ਨੇ ਵੀ ਕੋਸ਼ਿਸ਼ ਤਾਂ ਜਾਣ ਬੁੱਝ ਕੇ ਕੀਤੀ ਹੋ ਚਰਚਾ ਚਾਉਣ ਵਾਸਤੇ। ਦੇਖੋ ਗੱਲ ਤਾਂ ਇਹੀ ਹੈ ਕਿ ਪਰ ਇਹ ਹੈ ਕਿ ਉਹ ਜੋ ਕੁਛ ਵੀ ਆਪਾਂ ਜਿਵੇਂ ਤੁਸੀਂ ਟਰਾਲੀਆਂ ਦੀ ਗੱਲ ਕੀਤੀ ਹੈ, ਉੱਥੇ ਵੀ ਆਪਾਂ ਦੇਖਿਆ ਕਿ ਇੱਕ ਓਂਕਾਰ ਲਿਖਿਆ ਹੁੰਦਾ, ਗੱਡੀਆਂ ਦੇ ਪਿੱਛੇ ਵੀ ਲਿਖਿਆ ਹੁੰਦਾ, ਬੜਾ ਕੁਛ ਜਿਹੜਾ ਗੱਡੀਆਂ ਦੇ ਅੱਗੇ ਵੀ ਲਿਖਿਆ ਹੁੰਦਾ, ਪਿੱਛੇ ਵੀ ਲਿਖਿਆ ਹੁੰਦਾ, ਉੱਥੇ ਵੀ ਕਈ ਵਾਰ ਬਹੁਤ ਸਾਰਾ ਅਜਿਹਾ ਜਾ ਵੀ ਸਕਦਾ। ਪਰ ਇਹ ਹੈ ਕਿ ਜਦੋਂ ਸਿੱਖ ਜਥੇਬੰਦੀਆਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਕੀਤਾ, ਕਿਉਂਕਿ ਜਿਹੜਾ ਸ਼ਾਲ ਲੈਣਾ ਉਸ ਉੱਤੇ ਆਪਣੇ ਆਪ ਦੇ ਵਿਚ ਖ਼ਬਰਾਂ ਦੇ ਵਿਚ ਆਉਣ ਦਾ ਹੀ ਇਕ ਤਰੀਕਾ ਕਿਹਾ ਜਾ ਸਕਦਾ, ਇਕ ਵਿਵਾਦ ਛੇੜਨ ਦੀ ਉਹ ਗੱਲ ਕਹੀ ਜਾ ਸਕਦੀ ਹੈ। ਤੇ ਖਾਸ ਤੌਰ ਤੇ ਜਦੋਂ ਨਵਜੋਤ ਸਿੰਘ ਜਿਹੜੀ ਗੱਲ ਕਰਦਾ ਤਾਂ ਉਹ ਵਿਵਾਦ ਬਣ ਹੀ ਜਾਂਦੀ ਹੈ। ਇਹ ਵੀ ਗੱਲ ਸਹੀ ਹੈ ਜੀ, ਵਿਵਾਦ ਤਾਂ ਬਣ ਹੀ ਜਾਂਦੀ ਹੈ। ਸਿੱਧੂ ਤਾਂ ਉਹੀ ਵਿਚਾਰੇ ਵਿਵਾਦ ਦਾ ਹਿੱਸਾ ਹੁੰਦੇ ਨੇ, ਇਕ ਹੋਰ ਵੀ ਸਿੱਧੂ ਹੈ। ਤੇ ਬੀਜੇਪੀ ਨੇ ਕਿਹਾ ਜੀ ਕਿ ਪੰਜਾਬ ਚ ਹੁਣ ਅਸੀਂ ਰੈਲੀਆਂ ਕੱਢਾਂਗੇ। ਇਹ ਹੈ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਦਾ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਉਸ ਨੂੰ ਦੇਖਦੇ ਹੋਏ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਸਮੇਂ ਪੰਜਾਬ ਦੇ ਵਿਚ ਬਿਲਕੁਲ ਅਲੱਗ ਥਲੱਗ ਪਈ ਹੋਈ ਹੈ। ਤੇ ਉਹਦਾ ਕਾਰਨ ਇਹ ਹੈ ਕਿ ਕਿਸਾਨ ਜਿਹੜੇ ਹੈਗੇ ਭਾਜਪਾ ਦਾ ਵਿਰੋਧ ਕਰ ਰਹੇ ਨੇ। ਵਿਰੋਧ ਵੀ ਇੰਨਾ ਜ਼ਿਆਦਾ ਤਿੱਖਾ ਹੋ ਰਿਹਾ ਹੈ ਕਿ ਜੇਕਰ ਕੋਈ ਭਾਜਪਾ ਲੀਡਰ ਕੋਈ ਸਮਾਗਮ ਕਰਦਾ ਹੈ ਤਾਂ ਉਸ ਦਾ ਵੀ ਵਿਰੋਧ ਹੁੰਦਾ ਹੈ, ਉਹ ਵੀ ਨਹੀਂ ਕਰਨ ਦਿੱਤਾ। ਬਠਿੰਡੇ ਦੇ ਵਿਚ ਤਾਂ ਖਾਸ ਤੌਰ ਤੇ ਜਿਸ ਤਰੀਕੇ ਦਾ ਕਿਸਾਨਾਂ ਨੇ ਕੁੱਟਮਾਰ ਜਿਹੜਾ ਹੈਗਾ ਹਾਲਾਤ ਕਾਫੀ ਗੰਭੀਰ ਹੋ ਗਏ ਸੀ, ਤੇ ਇਸ ਸਭ ਨੂੰ ਦੇਖਦੇ ਹੋਏ ਜਿਹੜੇ ਭਾਜਪਾ ਨੂੰ ਅਜਿਹਾ ਲੱਗਦਾ ਕਿ ਜੇਕਰ ਉਨ੍ਹਾਂ ਨੇ ਪੰਜਾਬ ਦੇ ਵਿਚ ਕੁਛ ਨਾ ਕੁਛ ਹਾਸਲ ਕਰਨਾ ਜਾਂ ਇਸ ਸੂਬੇ ਦੇ ਵਿਚ ਆਪਣੇ ਆਪ ਨੂੰ ਸਥਾਪਿਤ ਕਰਨਾ ਤਾਂ ਉਸ ਨੂੰ ਆਪਣਾ ਜਿਹੜਾ ਹੈਗਾ ਸਿਆਸੀ ਜ਼ੋਰ ਜਿਹੜਾ ਹੈ ਸ਼ਕਤੀ ਦਿਖਾਉਣੀ ਪਊਗੀ। ਪਰ ਲੱਗਦਾ ਨਹੀਂ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਹੈ ਉਹ ਅਜਿਹਾ ਕੁਛ ਕਰ ਸਕਣਗੇ। ਇਸ ਸਬੰਧ ਵਿਚ ਮਦਨ ਮੋਹਨ ਮਿੱਤਲ ਨੇ ਐਲਾਨ ਕੀਤਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿਚ ਇੱਥੇ ਰੈਲੀਆਂ ਕਰਾਂਗੇ। ਉਹ ਰੈਲੀਆਂ ਕਾਮਯਾਬ ਹੁੰਦੀਆਂ ਨਹੀਂ ਹੁੰਦੀਆਂ ਹੈਗੇ ਇਹ ਤਾਂ ਸਮਾਂ ਦੱਸੂਗਾ, ਕਿਉਂਕਿ ਜਿਹੜੇ ਪੰਜਾਬ ਦੇ ਹਾਲਾਤ ਨੇ ਉਹਦੇ ਵਿਚ ਇਹ ਦੇਖਿਆ ਗਿਆ ਕਿ ਭਾਜਪਾ ਲੀਡਰਾਂ ਨੂੰ ਤਾਂ ਜਿਹੜਾ ਹੈਗਾ ਆਪਣੇ ਘਰਾਂ ਦੇ ਵਿਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਲੀਡਰ ਨੇ ਖਾਸ ਤੌਰ ਤੇ ਜਿਹੜੇ ਸਿੱਖ ਚਿਹਰੇ ਨੇ ਉਨ੍ਹਾਂ ਵੱਲੋਂ ਅਸਤੀਫੇ ਤੱਕ ਦੇ ਦਿੱਤੇ ਗਏ ਨੇ। ਜਿਹੜੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ, ਜਿਹੜੇ ਕਿ ਆਮ ਆਦਮੀ ਪਾਰਟੀ ਦਾ ਹਰਿੰਦਰ ਸਿੰਘ ਖਾਲਸਾ ਨੇ ਵੀ ਅਸਤੀਫਾ ਦੇ ਦਿੱਤਾ ਹੈ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਵਿਚ ਚਲੇ ਗਏ ਸੀਗੇ। ਹੋਰ ਵੀ ਜਿਹੜੇ ਖਾਸ ਤੌਰ ਤੇ ਕਿਸਾਨ ਲੀਡਰ ਸੀਗੇ ਉਨ੍ਹਾਂ ਨੇ ਵੀ ਅਸਤੀਫੇ ਦੇ ਦਿੱਤੇ ਹੈ। ਤੇ ਭਾਰਤੀ ਜਨਤਾ ਪਾਰਟੀ ਚਾਹੁੰਦੀ ਤਾਂ ਇਹੀ ਸੀ ਕਿ ਕਾਨੂੰਨਾਂ ਤੋਂ ਪਹਿਲਾਂ ਜਿਹੜੀਆਂ ਉਸਦੀਆਂ ਸਰਗਰਮੀਆਂ ਸੀ, ਜਿਹੜੀ ਗਤੀਵਿਧੀਆਂ ਸੀ, ਉਸ ਸਭ ਨੂੰ ਦੇਖਦੇ ਹੋਏ ਉਹ ਜਿਹੜਾ ਉਨ੍ਹਾਂ ਨੇ ਰਣਨੀਤੀ ਬਣਾਈ ਸੀਗੀ, ਉਸ ਰਣਨੀਤੀ ਦੇ ਅਨੁਸਾਰ ਵੀ ਇਹੀ ਸੀ ਕਿ ਕਿਵੇਂ ਨਾ ਕਿਵੇਂ ਸਿੱਖ ਲੀਡਰਸ਼ਿਪ ਜਿਹੜੀ ਖਾਸ ਤੌਰ ਤੇ ਕਿਸਾਨੀ ਪਿਛੋਕੜ ਦੀ ਹੈ ਉਸ ਨੂੰ ਭਾਰਤੀ ਜਨਤਾ ਪਾਰਟੀ ਦੇ ਵਿਚ ਸ਼ਾਮਲ ਕੀਤਾ ਜਾਵੇ।
ਤੇ ਪਾਰਟੀ ਨੂੰ ਪਿੰਡਾਂ ਤੱਕ ਪਹੁੰਚਾਇਆ ਜਾਵੇ ਤੇ ਉਸ ਦੇ ਨਾਲ ਨਾਲ ਅਕਾਲੀ ਦਲ ਦੇ ਨਾਲ ਕਿਨਾਰਾ ਕੀਤਾ ਜਾਵੇ। ਜਿਹੜਾ ਇਹ ਕਿਨਾਰਾ ਤਾਂ ਆਪਣੇ ਆਪ ਹੀ ਹੋ ਚੁੱਕਾ ਹੈ, ਪਰ ਨਾਲ ਨਾਲ ਇਹ ਨੀ ਪਤਾ ਸੀਗਾ ਕਿ ਜਿਹੜੇ ਇਹ ਕਾਨੂੰਨ ਲੈ ਕੇ ਆ ਰਹੀ ਹੈ ਉਨ੍ਹਾਂ ਦਾ ਇੰਨਾ ਤਿੱਖਾ ਵਿਰੋਧ ਹੋਊਗਾ। ਇਸ ਤਿੱਖੇ ਵਿਰੋਧ ਦੇ ਕਾਰਨ ਜਿਹੜੀ ਸੀਗੀ ਆ ਭਾਜਪਾ ਇਸ ਸਮੇਂ ਬੁਰੀ ਤਰੀਕੇ ਨਾਲ ਅਲੱਗ ਥਲੱਗ ਪਈ ਹੋਈ ਹੈ ਤੇ ਇਹ ਜੋ ਵੀ ਇਨ੍ਹਾਂ ਲੀਡਰਾਂ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਹਦਾ ਮਕਸਦ ਸਿਰਫ ਤੇ ਸਿਰਫ ਇਹੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ ਨੇ ਉਨ੍ਹਾਂ ਦਾ ਮਨੋਬਲ ਉੱਚਾ ਕੀਤਾ ਜਾਵੇ, ਕਿਉਂਕਿ ਇਸ ਸਮੇਂ ਮੈਂ ਦੇਖਿਆ ਹੈ ਕਿ ਕੋਈ ਵੀ ਛੋਟੇ ਤੋਂ ਛੋਟਾ ਫੰਕਸ਼ਨ ਵੀ ਭਾਰਤੀ ਜਨਤਾ ਪਾਰਟੀ ਨੇ ਕਰਨਾ ਹੁੰਦਾ ਹੈ ਉਹ ਵੀ ਉਸ ਤੋਂ ਵੀ ਉਹ ਵੱਧਦੀਆਂ ਨਜ਼ਰ ਆ ਰਹੀਆਂ ਨੇ। ਸਿੱਧੂ ਸਾਹਿਬ ਤੁਹਾਨੂੰ ਦੱਸਿਆ ਵੀ ਸੀਗਾ ਕਿ ਸਾਡੇ ਜਿਹੜਾ ਫਤਿਹਗੜ੍ਹ ਸਾਹਿਬ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਵੱਡਾ ਚੋਣ ਮੇਲਾ ਹੁੰਦਾ ਹੈ, ਲੋਕ ਲੰਗਰ ਕਰਦੇ ਆ, ਥਾਂ ਥਾਂ ਤੇ ਸੜਕਾਂ ਦੇ ਉੱਤੇ ਲੰਗਰ ਲੱਗਦੇ ਆ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਪਟਿਆਲੇ ਦੇ ਉਹ ਲੰਗਰ ਕਰਨਾ ਚਾਹੁੰਦੇ ਸੀਗੇ ਤਾਂ ਉਨ੍ਹਾਂ ਨੇ ਵੀ ਇਸ ਤੋਂ ਫਿਰ ਨਾ ਹੀ ਕਰ ਦਿੱਤੀ ਕਿ ਕਿਵੇਂ ਨਾ ਕਿਵੇਂ ਉਨ੍ਹਾਂ ਦੇ ਜਿਹੜਾ ਲੰਗਰ ਦਾ ਵੀ ਵਿਰੋਧ ਹੋਊਗਾ ਤੇ ਥਾਂ ਥਾਂ ਤੇ ਇਸ ਸਮੇਂ ਵਿਰੋਧ ਹੋ ਰਿਹਾ। ਉਸ ਸਭ ਨੂੰ ਦੇਖਦੇ ਹੋਏ ਇਹ ਵੀ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਨ੍ਹਾਂ ਦੇ ਅੰਦਰ ਵੀ ਕਾਫ਼ੀ ਡਰ ਬੈਠਿਆ ਹੋਇਆ ਹੈ, ਉਨ੍ਹਾਂ ਦੇ ਅੰਦਰ ਵੀ ਕਾਫ਼ੀ ਦਹਿਸ਼ਤ ਫੈਲੀ ਹੋਈ ਹੈ। ਪਰ ਇਹ ਹੈ ਕਿ ਇਹ ਇਸ ਤਰੀਕੇ ਦੀ ਦਹਿਸ਼ਤ ਨਹੀਂ ਹੋਣੀ ਚਾਹੀਦੀ ਕਿ ਉਨ੍ਹਾਂ ਦਾ ਕੋਈ ਨਾ ਕੋਈ ਜਿਹੜਾ ਹੈਗਾ ਨੁਕਸਾਨ ਹੋ ਸਕਦਾ, ਸਰੀਰਕ ਨੁਕਸਾਨ ਹੋ ਸਕਦਾ। ਪਰ ਇਹਦਾ ਇਹ ਹੈ ਵੀ ਠੀਕ ਹੈ, ਅਸੀਂ ਸਾਡਾ ਲੋਕਤੰਤਰ ਆ, ਲੋਕਤੰਤਰ ਦੇ ਵਿਚ ਅਸੀਂ ਕਿਸੇ ਦਾ ਵੀ ਵਿਰੋਧ ਕਰ ਸਕਦੇ ਹਾਂ, ਪਰ ਵਿਰੋਧ ਦਾ ਇਹ ਮਤਲਬ ਨਹੀਂ ਹੈਗਾ ਕਿ ਅਸੀਂ ਹਿੰਸਕ ਹੋਈਏ, ਤੋੜ ਭੰਨ ਕਰੀਏ। ਜਿਸ ਤਰੀਕੇ ਨਾਲ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਲੀਡਰਾਂ ਦੇ ਘਰਾਂ ਤੱਕ ਵੀ ਦਾਖਲ ਹੋਣ ਦੀ ਕੋਸ਼ਿਸ਼ ਹੋ ਰਹੀ ਹੈ, ਇਹ ਮਾੜੀ ਗੱਲ ਹੈ ਜੀ। ਤੇ ਗਾਹਾਂ ਵਾਲੀ ਗੱਲ ਦੱਸੋ ਜੀ, ਕੀ ਬਣ ਰਿਹਾ ਕਿ ਸਰਗਣਿਆਂ ਦੇ ਨਾਂ ਦੇ ਉੱਤੇ ਟਿਕਟ ਜਾਰੀ ਕਰਤੀ, ਕਾਹਦੇ ਸਰਗਣੇ ਸੀ ਇਹ? ਸਿੱਧੂ ਸਾਹਿਬ ਇੱਕ ਨਾ ਭਾਰਤ ਸਰਕਾਰ ਨੇ 2011 ਚ ਇੱਕ ਆਪਣਾ ਯੋਜਨਾ ਚਲਾਈ ਸੀ, ਉਹਦੇ ਵਿਚ ਇਹ ਗੱਲ ਸੀ ਕਿ ਤੁਸੀਂ 300 ਰੁਪਏ ਦਿਓ ਤੇ ਤੁਹਾਨੂੰ ਡਾਕਖਾਨੇ ਵਾਲੇ 12 ਟਿਕਟਾਂ ਛਾਪ ਕੇ ਦੇ ਸਕਦੇ ਆ ਦੇਣਗੇ ਤੇ ਤੁਹਾਡੀ ਤਸਵੀਰ ਲੱਗੀ ਹੋਊਗੀ ਤੇ ਉਸ ਨੂੰ ਪੂਰੀ ਮਾਨਤਾ ਹੋਊਗੀ। ਜੇ ਤੁਸੀਂ ਚਿੱਠੀ ਦੇ ਉੱਤੇ ਲਾ ਕੇ ਉਹ ਜਿਹੜੀ ਟਿਕਟ ਭੇਜ ਦਿੰਦੇ ਹੋ ਤਾਂ ਚਿੱਠੀ ਜਿੱਥੇ ਭੇਜਣੀ ਆ ਉੱਥੇ ਪਹੁੰਚ ਵੀ ਜਾਊਗੀ। ਤੇ ਇਸ ਸੰਬੰਧ ਵਿਚ ਇਹ ਹੁੰਦਾ ਸੀ ਕਿ ਤੁਸੀਂ ਆਪਣੀ ਪਾਸਪੋਰਟ ਫੋਟੋ ਦੇਣੀ ਹੈ, ਆਪਣਾ ਪੂਰਾ ਬਿਓਰਾ ਦੇਣਾ, ਆਪਣਾ ਫਾਰਮ ਭਰ ਕੇ ਦੇਣਾ ਤੇ ਇੱਕ ਐਫੀਡੈਵਿਟ ਦੇਣਾ ਪੈਂਦਾ। ਤੇ ਉਹਦੇ ਵਿਚ ਕਾਨਪੁਰ ਦੇ ਜਿਹੜੇ ਡਾਕਖਾਨਾ ਹੈਗਾ ਉਸ ਦੀ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਲਾਪਰਵਾਹੀ ਇਸ ਤਰ੍ਹਾਂ ਦੀ ਹੈ ਕਿ ਉਨ੍ਹਾਂ ਨੇ ਦੋ ਟਿਕਟਾਂ ਛਾਪੀਆਂ, ਇੱਕ ਹੈਗੀ ਹੈ ਛੋਟਾ ਰਾਜਨ ਦੀ ਜਿਹੜਾ ਕਿ ਕੌਮਾਂਤਰੀ ਪੱਧਰ ਦਾ ਅਪਰਾਧੀ ਹੈ ਤੇ ਇੱਕ ਹੈਗਾ ਮੁੰਨਾ ਬਜਰੰਗੀ। ਇਨ੍ਹਾਂ ਦੋਨਾਂ ਦੀਆਂ ਕਿਹਨੇ ਐਫੀਡੈਵਿਟ ਦਿੱਤੇ, ਕਿਹਨੇ ਤਸਵੀਰਾਂ ਦੇਖੀਆਂ, ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਜਿਹੜਾ ਆਪਣਾ ਛੋਟਾ ਰਾਜਨ ਹੈ ਇਸ ਸਮੇਂ ਤਿਹਾੜ ਜੇਲ੍ਹ ਦੇ ਵਿਚ ਦਾਖਲ ਹੈ, ਇਨ੍ਹਾਂ ਦਾਖਲ ਕਹਿ ਕੇ ਬੰਦ ਹੈ। ਜਿਹੜਾ ਹੈਗਾ ਮੁੰਨਾ ਬਜਰੰਗੀ ਹੈ ਉਹਦੀ 9 ਜੁਲਾਈ 2018 ਚ ਬਾਗਪਤ ਜੇਲ੍ਹ ਚ ਹੱਤਿਆ ਵੀ ਕਰ ਦਿੱਤੀ ਸੀ। ਤੇ ਇਹ ਵੀ ਗੱਲ ਇਹ ਹੈ ਕਿ ਜਿਸ ਬੰਦੇ ਦੀ ਟਿਕਟ ਛਾਪੀ ਜਾਣੀ ਹੈ ਉਹ ਜਿਉਂਦਾ ਹੋਣਾ ਵੀ ਚਾਹੀਦਾ। ਤੇ ਇਸ ਸੰਬੰਧ ਵਿਚ ਹੁਣ ਜਿਹੜਾ ਹੈਗਾ ਜਿਹੜੀ ਹੈਗੀ ਹੈ ਇੱਕ ਤਾਂ ਲਾਪਰਵਾਹੀ ਸਾਹਮਣੇ ਆਈ ਗਈ ਹੈ, ਇੱਕ ਸੀ ਜਾਂਚ ਵੀ ਚੱਲ ਰਹੀ ਹੈ ਵੀ ਆਖਿਰਕਾਰ ਕਿਹੜੇ ਬੰਦੇ ਨੇ ਇਨ੍ਹਾਂ ਅਪਰਾਧੀਆਂ ਦੀਆਂ ਟਿਕਟਾਂ ਛੁਪਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਇਨ੍ਹਾਂ ਨੇ ਇਹ ਛਾਪੀਆਂ ਨੇ ਜੀ। ਚਲੋ ਜੀ, ਮਰਜ਼ੀ ਆ ਭਾਈ ਟਿਕਟਾਂ ਛਾਪਣ ਵਾਲਿਆਂ ਦੀ, ਪਰ ਕਿਤੇ ਇਹਨਾਂ ਨਾ ਹੋਵੇ ਕਿ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਵੀ ਟਿਕਟਾਂ ਦੋ ਲੈ ਲਈ, ਉਹ ਇਹਨਾਂ ਨੂੰ ਦੋ ਛਪਾ ਲੈਣੇ। ਪਰ ਇਹ ਹੈ ਕਿ ਅਸਲ ਦੇ ਵਿਚ ਇਹਨਾਂ ਦੋਨਾਂ ਅਪਰਾਧੀਆਂ ਦਾ ਆਪਸ ਦੇ ਵਿਚ ਕੋਈ ਤਾਲਮੇਲ ਨਹੀਂ ਹੈਗਾ, ਪਰ ਜਿਹੜੇ ਲੋਕਾਂ ਨੇ ਇਹ ਟਿਕਟਾਂ ਛੁਪਾਈਆਂ ਨੇ ਉਨ੍ਹਾਂ ਦਾ ਹੋ ਸਕਦਾ ਇਨ੍ਹਾਂ ਅਪਰਾਧੀਆਂ ਦਾ ਆਪਸ ਦੇ ਵਿਚ ਕੋਈ ਤਾਲਮੇਲ ਹੋਵੇ। ਤੇ ਇਹ ਇਕ ਬੜੀ ਵੱਡੀ ਸ਼ਰਾਸਤ ਵੀ ਹੈ ਕਿ ਦੂਜੀ ਗੱਲ ਹੈ ਵੀ ਆਪਾਂ ਕਹਿ ਸਕਦੇ ਹਾਂ ਜਿਹੜੀ ਸਾਡੀ ਅਫਸਰਸ਼ਾਹੀ ਹੈ ਉਹ ਵੀ ਇਸ ਗੱਲ ਦੀ ਪਰਵਾਹ ਨਹੀਂ ਕਰਦੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੰਮਕਾਰ ਚੱਲਦਾ ਤੇ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਅਜਿਹੇ ਲੋਕਾਂ ਦੀਆਂ ਵੀ ਤਸਵੀਰਾਂ ਛਾਪ ਦਿੰਦੀ ਹੈ ਜੀ। ਇਹ ਤਾਂ ਗੱਲ ਹੈ ਜੀ, ਇਹ ਤਾਂ ਗੱਲ ਹੈ। ਸੌਰਵ ਗਾਂਗੁਲੀ ਜਾਣਗੇ ਜੀ ਫਿਰ ਬੀਜੇਪੀ ਚ? ਇਸ ਗੱਲ ਦੀਆਂ ਅਟਕਲਾਂ ਨੇ ਕਿ ਉਹ ਜਾਂਦੇ ਆ
ਤੇ ਉਹਦਾ ਕਾਰਨ ਇਹ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਹੈਗਾ ਪੱਛਮੀ ਬੰਗਾਲ ਦੇ ਵਿਚ ਮਜ਼ਬੂਤੀ ਦੇ ਵਾਸਤੇ ਅਜਿਹੀ ਸ਼ਖਸੀਅਤਾਂ ਦੀ ਲੋੜ ਵੀ ਹੈ। ਉਹਦਾ ਕਾਰਨ ਇਹ ਹੈ ਕਿ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਜਿਹੜਾ ਹੈਗਾ ਪਾਰਟੀ ਦੇ ਵਿਚ ਸ਼ਾਮਲ ਕੀਤਾ। ਖਿਡਾਰੀਆਂ ਤੋਂ ਇਲਾਵਾ ਅਦਾਕਾਰ ਜਿਹੜੇ ਹੈਗਾ ਹੀਰੋ ਨੇ ਉਹ ਵੀ ਸ਼ਾਮਲ ਹੋਏ ਨੇ ਤੇ ਬਹੁਤ ਸਾਰੇ ਜਿੱਤੇ ਵੀ ਨੇ, ਜਿਵੇਂ ਪੰਜਾਬ ਦੇ ਵਿਚ ਸਨੀ ਦਿਓਲ ਵੀ ਜਿੱਤਿਆ। ਤੇ ਇਸੇ ਗੱਲ ਕਰਕੇ ਇਸ ਗੱਲ ਦੀ ਅਟਕਲਾਂ ਨੇ ਕਿ ਸੌਰਵ ਗੰਗੋਲੀ ਨੂੰ ਵੀ ਭਾਰਤੀ ਜਨਤਾ ਪਾਰਟੀ ਦੇ ਵਿਚ ਸ਼ਾਮਲ ਕੀਤਾ ਜਾ ਸਕਦਾ। ਸਾਡੇ ਸਰੋਤਿਆਂ ਨੂੰ ਪਤਾ ਹੈ ਕਿ ਸੌਰਵ ਗੰਗੋਲੀ ਜਿਹੜੇ ਹੈਗੇ ਆ ਭਾਰਤੀ ਕ੍ਰਿਕਟ ਟੀਮ ਦੇ ਜਿਹੜੇ ਹੈਗਾ ਕਪਤਾਨ ਵੀ ਰਹਿ ਚੁੱਕੇ, ਖਿਡਾਰੀ ਵੀ ਰਹਿ ਚੁੱਕੇ ਆ, ਇਸ ਤੋਂ ਇਲਾਵਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਹ ਜਿਹੜੇ ਹੈਗੇ ਪ੍ਰਧਾਨ ਵੀ ਰਹਿ ਚੁੱਕੇ ਨੇ। ਤੇ ਇਸ ਸੰਬੰਧ ਵਿਚ ਜਿਹੜੀ ਖਾਸ ਤੌਰ ਤੇ ਆਪਾਂ ਕਹਿ ਸਕਦੇ ਹਾਂ ਇਹ ਚਰਚਾ ਇਸ ਗੱਲ ਕਰਕੇ ਵੀ ਜ਼ਿਆਦਾ ਵੱਧ ਗਈ ਹੈ ਕਿਉਂਕਿ ਜਿਹੜਾ ਹੈਗਾ ਅੱਜ ਤੁਹਾਨੂੰ ਦੱਸਿਆ ਸੀਗਾ ਅਰੁਣ ਜੇਤਲੀ ਦਾ ਜਿਹੜਾ ਹੈਗਾ ਬਰਸੀ ਸੀ, ਬਰਸੀ ਦੇ ਦੌਰਾਨ ਜਿਹੜਾ ਹੈਗਾ ਦਿੱਲੀ ਹੋਸ਼ਾ ਕੋਟਲਾ ਦੇ ਮੈਦਾਨ ਦੇ ਵਿਚ ਅਰੁਣ ਜੇਤਲੀ ਦਾ ਬੁੱਤ ਵੀ ਲਾਇਆ ਗਿਆ ਜਿੱਥੇ ਸੌਰਵ ਗੰਗੋਲੀ ਤੇ ਅਮਿਤ ਸ਼ਾਹ ਵੀ ਇਕ ਵਾਰ ਇਕੱਠੇ ਨਜ਼ਰ ਆਏ। ਤੇ ਇਸ ਸੰਬੰਧ ਵਿਚ ਜਿਹੜਾ ਸੌਰਵ ਗੰਗੋਲੀ ਨੇ ਜਿਹੜਾ ਆਪਣਾ ਪੱਖ ਪੇਸ਼ ਕੀਤਾ ਉਹਦੇ ਵਿਚ ਇਹ ਗੱਲ ਕਹੀ ਹੈ ਕਿ ਉਹ ਜੇਕਰ ਅੱਜ ਪੰਜਾਬ ਦੇ ਇਨ੍ਹਾਂ ਪੱਛਮੀ ਬੰਗਾਲ ਦੇ ਰਾਜਪਾਲ ਕੋਲ ਗਏ ਸੀਗੇ ਤੇ ਉਸ ਦੇ ਵਿਚ ਜਿਹੜਾ ਖਾਸ ਤੌਰ ਤੇ ਕੁਛ ਹੋਰ ਕਾਰਨ ਸੀਗਾ ਉਸ ਦਾ ਮਾਮਲਾ ਆਪਾਂ ਕਹਿ ਨਹੀਂ ਸੀਗੇ ਭਾਰਤੀ ਜਨਤਾ ਪਾਰਟੀ ਨਾਲ ਉਹਦਾ ਕੋਈ ਸੰਬੰਧ ਹੈ, ਪਰ ਇਹ ਹੈ ਕਿ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿਚ ਜਿਹੜਾ ਖਾਸ ਤੌਰ ਤੇ ਗੰਗੋਲੀ ਨੂੰ ਭਾਜਪਾ ਦੇ ਵਿਚ ਸ਼ਾਮਲ ਕਰ ਲਿਆ ਜਾਵੇ। ਉਹਦਾ ਹੋ ਸਕਦਾ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਉਨ੍ਹਾਂ ਨੂੰ ਬਣਾਇਆ ਜਾਵੇ ਤੇ ਪਰ ਹਾਲੇ ਇਹ ਅਟਕਲਬਾਜ਼ੀ ਹੈ ਜਦੋਂ ਤੱਕ ਸੌਰਵ ਗੰਗੋਲੀ ਆਪ ਨਹੀਂ ਕਹਿੰਦੇ ਕਿ ਅਸੀਂ ਪਾਰਟੀ ਦੇ ਵਿਚ ਸ਼ਾਮਲ ਹੋ ਰਹੇ ਹਾਂ। ਜੀ ਜਿਹੜੇ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਲੋਕ ਹੈ ਜੀ ਉਨ੍ਹਾਂ ਦੇ ਖਿਲਾਫ਼ ਮਾਮਲੇ ਦਰਜ ਹੋਣਗੇ ਹੁਣ ਕੈਪਟਨ ਸਾਹਿਬ ਕਹਿੰਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਕੱਲ ਇਸ ਸੰਬੰਧ ਵਿਚ ਕਿਹਾ ਸੀਗਾ, ਖਾਸ ਤੌਰ ਤੇ ਕਿਸਾਨ ਭਾਈਚਾਰੇ ਨੂੰ ਅਪੀਲ ਕਰੀ ਸੀ ਕਿ ਉਹ ਜਿਹੜੇ ਟਾਵਰ ਨੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਉਣ, ਪਰ ਇਸ ਦੇ ਬਾਵਜੂਦ ਵੀ ਅੱਜ ਵੀ ਇਹੀ ਕੁਝ ਸਿਲਸਿਲਾ ਜਾਰੀ ਰਿਹਾ। ਤਕਰੀਬਨ ਹੁਣ ਤੱਕ ਜਿਹੜੀ ਗਿਣਤੀ ਆਈ ਹੈ ਕਿ 1500 ਦੇ ਕਰੀਬ ਟਾਵਰਾਂ ਦਾ ਜਿਹੜਾ ਹੈਗਾ ਬਿਜਲੀ ਕੱਟ ਦਿੱਤੀ ਗਈ ਹੈ। ਤੇ ਇਸ ਸੰਬੰਧ ਵਿਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਇਹ ਟਾਵਰਾਂ ਦੀ ਬਿਜਲੀ ਕੱਟੀ ਜਾ ਰਹੀ ਹੈ ਇਹਦੇ ਨਾਲ ਸਿਰਫ ਮੋਬਾਈਲ ਹੀ ਨਹੀਂ ਚੱਲਦੇ ਹੈਗੇ ਤੇ ਇਥੋਂ ਲੀਜ਼ ਲਾਈਨਾਂ ਵੀ ਚੱਲਦੀਆਂ ਨੇ। ਜਿਹੜੀ ਲੀਜ਼ ਲਾਈਨ ਦੇ ਉੱਤੇ ਇਕ ਖਾਸ ਤਰ੍ਹਾਂ ਦਾ ਜਿਹੜਾ ਹੈਗਾ ਇੰਟਰਨੈਟ ਦਿੱਤਾ ਜਾਂਦਾ ਜਿਹਦੇ ਵਿਚ ਜਿਵੇਂ ਬੈਂਕ ਵੀ ਚੱਲਦੇ ਨੇ, ਕਈ ਦਫ਼ਤਰਾਂ ਦੇ ਵਿਚ ਵੀ ਲੀਜ਼ ਲਾਈਨਾਂ ਲਾਈ ਜਾਂਦੀਆਂ ਨੇ ਤੇ ਅਸੀਂ ਜਿਹੜਾ ਕੰਪਿਊਟਰ ਦੇ ਉੱਤੇ ਵੀ ਲੀਜ਼ ਲਾਈਨ ਦੇ ਉੱਤੇ ਕੰਮ ਕਰਦੇ ਹਾਂ, ਜਿਹੜੇ ਖਾਸ ਤੌਰ ਤੇ ਟੀਵੀ ਦੇ ਕੰਮ ਹੈ ਉੱਥੇ ਦਾ ਖਾਸ ਤੌਰ ਤੇ ਲੀਜ਼ ਲਾਈਨ ਹੀ ਚਲਾਈ ਜਾਂਦੀ ਹੈ। ਤੇ ਇਹਦੇ ਨਾਲ ਸਿਰਫ ਤੇ ਸਿਰਫ ਮੋਬਾਈਲ ਡਾਟਾ ਨੂੰ ਨੁਕਸਾਨ ਨਹੀਂ ਹੋ ਰਿਹਾ ਹੈਗਾ, ਹੋਰ ਵੀ ਜਿਹੜੇ ਆਪਾਂ ਆਫਿਸ ਦਫ਼ਤਰੀ ਕੰਮ ਨੇ ਉਹਨਾਂ ਨੂੰ ਵੀ ਇਹ ਸਾਰਾ ਨੁਕਸਾਨ ਹੋ ਰਿਹਾ। ਇਹਦੇ ਨਾਲ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਜਿਹੜੀ ਚੇਤਾਵਨੀ ਦਿੱਤੀ ਹੈ ਉਹ ਵੀ ਆਪਣੇ ਆਪ ਦੇ ਵਿਚ ਠੀਕ ਹੈ ਤੇ ਇਸ ਸੰਬੰਧ ਵਿਚ ਜਿਹੜੇ ਖਾਸ ਤੌਰ ਤੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਨ੍ਹਾਂ ਦੇ ਲੀਡਰਾਂ ਨੇ ਵੀ ਗੱਲ ਕਹੀ ਹੈ ਕਿ ਜਿਹੜੇ ਇਹ ਕੁਛ ਕਰਦੇ ਉਹ ਸ਼ਰਾਰਤੀ ਅਨਸਰ ਨੇ ਜਿਹੜੇ ਕਿ ਕਿਸਾਨਾਂ ਦੀ ਐਜੀਟੇਸ਼ਨ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਪਰ ਨਾਲ ਨਾਲ ਮਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੇ ਇਨ੍ਹਾਂ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਤੇ ਉਹਦੇ ਨਾਲ ਆਉਣ ਵਾਲੇ ਸਮੇਂ ਦਾ ਵਿਚ ਪੰਜਾਬ ਦੇ ਉੱਤੇ ਨਾ ਪੱਖੀ ਪ੍ਰਭਾਵ ਵੀ ਪੈ ਸਕਦਾ। ਠੀਕ ਹੈ, ਕੁਛ ਜਿਹੜੇ ਆਪਾਂ ਕਹਿ ਜਿਵੇਂ ਅਡਾਨੀ ਆ ਜਾਂ ਅੰਬਾਨੀ ਆ ਉਹਨਾਂ ਦਾ ਵਿਰੋਧ ਕਰਨਾ ਆਪਣੀ ਜਗ੍ਹਾ ਤੇ ਠੀਕ ਹੈ ਤੇ ਪਰ ਜਿਹੜੀ ਸਥਾਪਿਤ ਚੀਜ਼ਾਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਜੇਕਰ ਆਪਾਂ ਢਾਹ ਬੰਨ ਕਰ ਰਹੇ ਹਾਂ ਇਹ ਇਕ ਮਾੜੀ ਗੱਲ ਹੈ। ਠੀਕ ਹੈ, ਜੇਕਰ ਤੁਸੀਂ ਜੀਓ ਦਾ ਸਿਮ ਨਹੀਂ ਚਲਾਉਣਾ ਚਾਹੁੰਦੇ ਤਾਂ ਉਹ ਪੋਰਟ ਕਰਵਾਇਆ ਜਾ ਸਕਦਾ ਹੈ, ਪੋਰਟ ਕਰਵਾ ਕੇ ਜਿਹੜਾ ਕਿ ਤੁਸੀਂ ਆਪਣਾ ਦੂਜੇ ਮੋਬਾਈਲ ਉਹਦੇ ਤੇ ਜਾ ਸਕਦੇ ਹੋ, ਨੈਟਵਰਕ ਤੇ ਜਾ ਸਕਦੇ ਹੋ। ਤੇ ਇਹਦੇ ਨਾਲ ਜਿਸ ਤਰੀਕੇ ਦੇ ਨਾਲ ਟਾਵਰਾਂ ਨੂੰ ਨੁਕਸਾਨ ਪਹੁੰਚ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿਚ ਪੰਜਾਬ ਦੇ ਅੰਦਰ ਜਿਹੜੇ ਜਿੱਥੇ ਜਿੱਥੇ ਇੰਟਰਨੈਟ ਚੱਲ ਰਿਹਾ ਹੈ ਇੰਟਰਨੈਟ ਦੇ ਨਾਲ ਬਹੁਤ ਸਾਰੀਆਂ ਸੇਵਾਵਾਂ ਜੁੜੀਆਂ ਹੋਈਆਂ ਨੇ ਉਹ ਵੀ ਪ੍ਰਭਾਵਿਤ ਹੋ ਸਕਦੀਆਂ ਨੇ। ਜੀ ਇਹ ਤਾਂ ਗੱਲ ਹੈ ਜੀ ਕਿ ਪ੍ਰਭਾਵਿਤ ਤਾਂ ਬਹੁਤ ਕੁਛ ਹੋ ਜਾਂਦਾ। ਤੇ ਅਗਲੀ ਗੱਲ ਵੀ ਕਰ ਲਈਏ ਜੀ ਹੁਣ ਜੀ
ਨਤੀਸ਼ ਕੁਮਾਰ ਹੋਰਾਂ ਨੇ ਕਹਿਤਾ ਜੀ ਫਿਰ ਦੋ ਟੁੱਕ ਕਿ ਤੇਰੀ ਮੇਰੀ ਨਹੀਂ ਨਿਭਦੀ। ਲੱਗਦਾ ਇਹੀ ਹੈ, ਉਹਦਾ ਕਾਰਨ ਇਹ ਹੈ ਕਿ ਆਪਾਂ ਕਈ ਵਾਰ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਇੱਕ ਤਰ੍ਹਾਂ ਨਾਲ ਅੰਬਰਵੇਲ ਹੈ, ਜਿਹੜੇ ਦਰਖਤ ਦੇ ਉੱਤੇ ਬਹਿ ਜਾਂਦੀ ਹੈ ਉਸ ਨੂੰ ਬਰਬਾਦ ਕਰਦੀ ਜਾਂਦੀ ਤੇ ਆਪ ਫੈਲਦੀ ਚਲੀ ਜਾਂਦੀ ਹੈ। ਤੇ ਅਸੀਂ ਪਹਿਲਾਂ ਉੱਤਰ ਪ੍ਰਦੇਸ਼ ਦੀ ਗੱਲ ਕਰਦੇ ਹਾਂ, ਉੱਤਰ ਪ੍ਰਦੇਸ਼ ਦੇ ਵਿੱਚ ਇਸ ਪਾਰਟੀ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਰਲ ਕੇ ਸਰਕਾਰ ਬਣਾਈ, ਉਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਨੂੰ ਧੋਖਾ ਦਿੱਤਾ, ਹੌਲੀ ਹੌਲੀ ਪੂਰੀ ਤਰੀਕੇ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਉਹ ਛਾ ਗਈ ਤੇ ਉੱਥੇ ਹੁਣ ਇਹ ਸੱਤਾ ਦੇ ਵਿੱਚ ਹੈ। ਇਸੇ ਤਰੀਕੇ ਦੇ ਨਾਲ ਹਰਿਆਣੇ ਦੀ ਗੱਲ ਕਰਦੇ ਹਾਂ, ਹਰਿਆਣੇ ਦੇ ਵਿੱਚ ਪਹਿਲਾਂ ਛੋਟੀ ਛੋਟੀ ਪਾਰਟੀ ਦੇ ਨਾਲ ਇਹਨੇ ਆਪਣੀ ਯਾਰੀ ਦੋਸਤੀ ਪਾਈ, ਉਸ ਦੀ ਹਿੱਸੇਦਾਰ ਬਣੀ ਤੇ ਉਹਦੀ ਛੋਟੀ ਉਹ ਵੱਡੀਆਂ ਪਾਰਟੀਆਂ ਬਣੀਆਂ, ਇਹ ਛੋਟੀ ਪਾਰਟੀ ਬਣੀ ਤੇ ਹੁਣ ਹਾਲਾਤ ਇਹ ਹੈ ਕਿ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੱਕ ਵੱਡੀ ਪਾਰਟੀ ਬਣ ਚੁੱਕੀ ਹੈ ਤੇ ਬਾਕੀ ਜਿਹੜੀਆਂ ਇਹਦੀ ਨਾਲ ਦੀਆਂ ਪਾਰਟੀਆਂ ਨੇ ਉਹ ਛੋਟੀਆਂ ਰਹਿ ਗਈਆਂ ਨੇ। ਬਿਹਾਰ ਦੇ ਵਿੱਚ ਵੀ ਇਹੀ ਕੁਛ ਹੋਇਆ, ਬਿਹਾਰ ਦੇ ਵਿੱਚ ਨਤੀਸ਼ ਕੁਮਾਰ ਦੇ ਨਾਲ ਇਨ੍ਹਾਂ ਨੇ ਗੱਠਜੋੜ ਕੀਤਾ। ਪਹਿਲਾਂ ਨਤੀਸ਼ ਕੁਮਾਰ ਇੱਕ ਵੱਡੇ ਭਰਾ ਦੀ ਭੂਮਿਕਾ ਨਿਭਾ ਰਹੇ ਸੀਗੇ, ਹੁਣ ਜਿਸ ਤਰੀਕੇ ਦੇ ਨਾਲ ਚਿਰਾਗ ਪਾਸਵਾਨ ਨੂੰ ਭਾਰਤੀ ਜਨਤਾ ਪਾਰਟੀ ਨੇ ਹੱਲਾਸ਼ੇਰੀ ਦਿੱਤੀ ਤੇ ਨਤੀਸ਼ ਕੁਮਾਰ ਨੂੰ ਜਿਹੜਾ ਹੈਗਾ ਬਿਹਾਰ ਦੇ ਵਿੱਚ ਇੱਕ ਵੱਡਾ ਨੁਕਸਾਨ ਪਹੁੰਚਾਇਆ ਤੇ ਅੱਜ ਹਾਲਾਤ ਇਹ ਨੇ ਕਿ ਉੱਥੇ ਨਤੀਸ਼ ਕੁਮਾਰ ਦੀ ਜਿਹੜੀ ਪਾਰਟੀ ਹੈ ਉਹ ਛੋਟੀ ਰਹਿ ਗਈ ਤੇ ਭਾਰਤੀ ਜਨਤਾ ਪਾਰਟੀ ਉੱਥੇ ਵੱਡੀ ਪਾਰਟੀ ਬਣ ਚੁੱਕੀ ਹੈ। ਤੇ ਭਾਵੇਂ ਕਿ ਉੱਥੇ ਨਤੀਸ਼ ਕੁਮਾਰ ਮੁੱਖ ਮੰਤਰੀ ਨੇ ਪਰ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਨੂੰ ਹੀ ਲਗਾਤਾਰ ਨੁਕਸਾਨ ਪਹੁੰਚਾ ਰਿਹਾ। ਨੁਕਸਾਨ ਇਹ ਹੋਇਆ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਵਿਚ ਸੱਤ ਜਿਹੜੇ ਐਮ ਐਲ ਏ ਨਤੀਸ਼ ਕੁਮਾਰ ਦੇ ਨਾਲ ਸੀਗੇ ਉਨ੍ਹਾਂ ਦੇ 6 ਐਮ ਐਲ ਏ ਨੂੰ ਤੋੜ ਲਿਆ ਗਿਆ ਤੇ 1 ਐਮ ਐਲ ਏ ਹੁਣ ਨਤੀਸ਼ ਕੁਮਾਰ ਦੇ ਨਾਲ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਗੱਠਜੋੜ ਦਾ ਧਰਮ ਹੈ ਉਹ ਭਾਰਤੀ ਜਨਤਾ ਪਾਰਟੀ ਨਹੀਂ ਨਿਭਾਉਂਦੀ ਹੈਗੀ ਤੇ ਇਸੇ ਤਰੀਕੇ ਨਾਲ ਹੁਣ ਨਤੀਸ਼ ਕੁਮਾਰ ਆਉਣ ਵਾਲੇ ਸਮੇਂ ਦੇ ਵਿਚ ਹੋਰ ਜ਼ਿਆਦਾ ਕਮਜ਼ੋਰ ਹੁੰਦੇ ਨਜ਼ਰ ਆ ਰਹੇ ਨੇ ਤੇ ਆਉਂਦੀਆਂ ਜਿਹੜੀਆਂ ਉੱਥੇ ਵਿਧਾਨ ਸਭਾ ਚੋਣਾਂ ਨੇ ਉਸ ਸਮੇਂ ਭਾਰਤੀ ਜਨਤਾ ਪਾਰਟੀ ਇਕੱਲਿਆਂ ਹੀ ਮੈਨੂੰ ਲੱਗਦਾ ਹੈ ਕਿ ਉੱਥੇ ਇੱਕ ਵੱਡੀ ਪਾਰਟੀ ਬਣ ਜਾਊਗੀ ਤੇ ਨਤੀਸ਼ ਕੁਮਾਰ ਜਿਵੇਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਕਿ ਜਿੱਥੇ ਜਿੱਥੇ ਵੀ ਇਹ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਉਨ੍ਹਾਂ ਪਾਰਟੀਆਂ ਦੀ ਲੋੜ ਨਹੀਂ ਰਹਿ ਜਾਂਦੀ, ਜਿਹੜੀ ਦੂਜੀਆਂ ਪਾਰਟੀਆਂ ਹੁੰਦੀਆਂ ਉਨ੍ਹਾਂ ਦੀ ਲੋੜ ਭਾਰਤੀ ਜਨਤਾ ਪਾਰਟੀ ਬਣ ਜਾਂਦੀ ਹੈ ਤੇ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਨਤੀਸ਼ ਕੁਮਾਰ ਦੀ ਲੋੜ ਹੋ ਗਈ ਹੈ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਨਤੀਸ਼ ਕੁਮਾਰ ਦੀ ਜ਼ਰੂਰਤ ਨਹੀਂ ਹੈਗੀ ਤੇ ਭਾਵੇਂ ਕਿ ਇਸ ਸਮੇਂ ਨਤੀਸ਼ ਕੁਮਾਰ ਮੁੱਖ ਮੰਤਰੀ ਨੇ ਇਸ ਗੱਲ ਕਰਕੇ ਉਨ੍ਹਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਨ੍ਹਾਂ ਦੇ ਅੰਦਰ ਗੁੱਸਾ ਨਜ਼ਰ ਆ ਰਿਹਾ ਤੇ ਉਹ ਇਸੇ ਗੁੱਸੇ ਦੇ ਆਧਾਰ ਤੇ ਉਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਹੈਗਾ ਤੁਸੀਂ ਕਿਸੇ ਹੋਰ ਵੀ ਮੁੱਖ ਮੰਤਰੀ ਬਣਾ ਸਕਦੇ ਹੋ, ਮੈਂ ਮੁੱਖ ਮੰਤਰੀ ਬਣਨਾ ਨਹੀਂ ਚਾਹ ਰਿਹਾ ਵੀ ਮੈਂ ਬਣਿਆ ਨਹੀਂ ਰਹਿਣਾ ਚਾਹੁੰਦਾ ਹੈਗਾ ਪਰ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਦੇਖਣਾ ਇਹ ਹੋਊਗਾ ਕਿ ਉੱਥੇ ਹਾਲਾਤ ਕੀ ਬਣਦੇ ਨੇ ਤੇ ਹੋ ਸਕਦਾ ਕਿ ਨਤੀਸ਼ ਕੁਮਾਰ ਦੀ ਪਾਰਟੀ ਦੇ ਅੰਦਰ ਹੀ ਤੋਰ ਭੰਨ ਵੀ ਹੋ ਸਕਦੀ ਹੈ, ਕਿਸੇ ਲੀਡਰ ਨੂੰ ਹੋਰ ਨੂੰ ਵੀ ਅੱਗੇ ਵਧਾਇਆ ਜਾ ਸਕਦਾ ਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਇਹ ਇੱਕ ਨੀਤੀ ਬਣ ਚੁੱਕੀ ਹੈ ਕਿ ਜਿੱਥੇ ਜਿੱਥੇ ਉਸ ਦੀ ਸਰਕਾਰ ਨੂੰ ਥੋੜੇ ਬਦਲੇ ਐਮ ਐਲ ਏ ਦੀ ਲੋੜ ਹੁੰਦੀ ਹੈ ਤਾਂ ਦੂਜੀ ਪਾਰਟੀ ਨੂੰ ਤੋੜ ਭੰਨ ਵੀ ਕਰ ਦਿੱਤੀ ਜਾਂਦੀ ਹੈ। ਇਸ ਸੰਬੰਧ ਵਿਚ ਅਸੀਂ ਦੇਖ ਚੁੱਕੇ ਹਾਂ, ਮੱਧ ਪ੍ਰਦੇਸ਼ ਦੇ ਵਿਚ ਵੀ ਹੋਇਆ, ਕਰਨਾਟਕ ਦੇ ਵਿਚ ਵੀ ਹੋਇਆ ਤੇ ਆਪਾਂ ਬਿਹਾਰ ਦੇ ਵਿਚ ਵੀ ਇਹ ਅਜਿਹਾ ਕੁਛ ਹੋ ਸਕਦਾ ਜੀ। ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ ਜੀ।